सिख साहब लंबा समा तुसी जेल दे विच भी तकरीबन 6 महीने दा आके आए, मन दे विच कदे मलाल ना आया भी जिन्हां लोकां दे लई खड़े होईए जां जिन्हां लोकां दी अपनी आवाज़ चक्की होवे ते ओह लोक मेरे पिछे ओह मेरी ओह दौड़ दे विच रहण जां मेरे पिछे जां मैनूं लंबा समा जेल दे विच रहना पै जांदा तां मेरी ओह लड़ाई लड़दे। ਕਿਹਾ ਜਾਂਦਾ ਕਿ ਪੁਲਿਸ ਅਫਸਰ ਦਾ ਇੱਕ ਪੈਰ ਜਿਹੜਾ ਹੁੰਦਾ ਜੇਲ੍ਹ ਦੇ ਨਾਲ ਹੀ ਹੁੰਦਾ ਕਿਉਂਕਿ ਹਵਾਲਾਤ ਸਭ ਤੋਂ ਨੇੜੇ ਪੁਲਿਸ ਅਫਸਰ ਨੂੰ ਹੁੰਦੀ। ਟਰੱਕ ਦੀਆਂ ਰਿਪੋਰਟਾਂ ਖੁੱਲੀਆਂ, ਇੱਕ ਅਫਸਰ ਤਾਂ ਨਹੀਂ ਹੈਗਾ, ਉਹਦੇ ਵਿੱਚ ਕਿੰਨੇ ਹੋਰ ਅਫਸਰ ਆਉਣਗੇ? ਕੀ ਲੱਗਦਾ ਕਿ ਉਹ ਰਿਪੋਰਟ ਕਦੋਂ ਖੁੱਲ੍ਹ ਜਾਣੀ ਹੈ? ਰਾਜੀਤ ਕਦੋਂ ਫੜਿਆ ਜਾਊਗਾ? ਕਦੇ ਉਹ ਪੁਲਿਸ ਦੇ ਤਾਂ ਤੁਸੀਂ ਪੁਲਿਸ ਬੜੇ ਹੱਥ ਲੰਬੇ ਹੁੰਦੇ ਨੇ, ਉਹ ਕਿਉਂ ਨਹੀਂ ਫੜਿਆ ਜਾ ਰਿਹਾ? ਸਰਕਾਰਾਂ ਇਹਨਾਂ ਸਿਸਟਮਾਂ ਦੇ ਉੱਤੇ ਖੜੀਆਂ, ਠੀਕ ਹੈ। ਡਰੱਗ ਦਾ ਧੰਦਾ ਜਿਹੜਾ ਹੈਗਾ ਇੱਕ ਬਹੁਤ ਵੱਡਾ ਕਮਾਈ ਦਾ ਧੰਦਾ। ਪੰਜਾਬ ਦੇ ਹਾਲਾਤ ਦਿਨੋਂ ਦਿਨ ਇੰਨੇ ਮਾੜੇ ਹੋ ਰਹੇ ਨੇ ਕਿ ਚਿੱਟੇ ਦੇ ਨਾਲ ਡੇਲੀ ਦੀਆਂ ਮੌਤਾਂ ਹੋ ਰਹੀਆਂ ਨੇ। ਕਿਸੇ ਇੱਕ ਦੋ ਪਿੰਡਾਂ ਦੇ ਵਿੱਚ ਤਾਂ ਤੁਸੀਂ ਵੇਖਿਆ ਹੋਣਾ ਕਿ ਚਾਰ ਚਾਰ ਜਿਹੜੀਆਂ ਹੈਗੀਆਂ ਨੇ ਅਰਥੀਆਂ ਪਿੰਡਾਂ ਦੇ ਵਿੱਚ ਉੱਠ ਰਹੀਆਂ ਨੇ। ਪਿਛਲੇ ਸਰਕਾਰਾਂ ਵੇਲੇ ਸਾਨੂੰ ਲੜਕੀਆਂ ਤਾਂ ਨਹੀਂ ਦਿਸਦੀਆਂ ਸੀ ਨਾ ਸੜਕਾਂ ਦੇ ਉੱਪਰ ਦੌੜਦੀਆਂ, ਹੰਸ਼ਰਾ ਇਹਦੇ ਲੱਗਦੇ ਨਸ਼ੇ ਵਿੱਚ, ਜਾਂ ਇਹ ਕਹਿੰਦੀਆਂ ਹੋਈਆਂ ਵੀ ਹਮੇ ਮੇਰੇ ਨਾਲ ਕੋਈ ਵੀ ਸਲੂਕ ਕਰ ਲਓ ਤੇ ਮੈਨੂੰ ਨਸ਼ਾ ਦੇ ਦਿਓ। ਔਰਤਾਂ ਤਾਂ ਨਹੀਂ ਸਾਹਮਣੇ ਸੀ, ਹੁਣ ਇਹ ਤਰੱਕੀ ਹੋ ਕੇ ਇੱਥੋਂ ਤੱਕ ਵਧਿਆ ਹੋਇਆ। ਜੇਲ੍ਹ ਦੇ ਵਿੱਚ ਰਹਿ ਕੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਅਤੇ ਸਿਖਾਉਣ ਨੂੰ ਬਹੁਤ ਕੁਝ ਮਿਲਦਾ, ਉਸ ਕੁਛ ਸੰਬੰਧ ਦੇ ਵਿੱਚ ਕੁਝ ਦੱਸ। ਟ੍ਰੇਨਿੰਗ ਦਾ ਪਾਰਟ ਹੋਣਾ ਚਾਹੀਦਾ, ਕੋਈ ਦੋ ਤਿੰਨ ਮਹੀਨਿਆਂ ਦਾ ਇੱਕ ਪਾਰਟ ਜਿਹੜਾ ਹੈਗਾ ਉਹ ਜੱਜਿਸ ਦਾ ਵੀ ਔਰ ਪੁਲਿਸ ਦਾ ਵੀ, ਜੇਲ੍ਹ ਦੀ ਟ੍ਰੇਨਿੰਗ ਐਜ਼ ਏ ਵਿੱਚ ਰਹਿ ਕੇ ਹੋਣੀ ਚਾਹੀਦੀ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਉੱਥੋਂ ਦਾ ਮਾਹੌਲ ਕੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕਰਾਏ ਟੀਵੀ ਦੇਖ ਰਹੇ ਹੋ ਅਤੇ ਮੈਂ ਹਾਂ ਪਰਮਿੰਦਰ ਸਿੰਘ। ਅੱਜ ਗੱਲਬਾਤ ਕਰਾਂਗੇ ਇੱਕ ਅਹਿਮ ਮੁੱਦੇ 'ਤੇ, ਕਿਉਂਕਿ ਹਮੇਸ਼ਾ ਬਲਵਿੰਦਰ ਸਿੰਘ ਸਿੱਖ ਹੋ ਸਾਬਕਾ DSP ਨੇ ਹਮੇਸ਼ਾ ਵਿਵਾਕ ਬੋਲਦੇ ਨੇ, ਲੰਮਾ ਸਮਾਂ ਤਕਰੀਬਨ 6 ਮਹੀਨੇ ਦਾ ਵਕਫਾ ਜੇਲ੍ਹ ਦੇ ਵਿੱਚ ਲਾ ਕੇ ਆਏ ਨੇ, ਮੇਰੇ ਨਾਲ ਨਾਲ ਗੱਲਬਾਤ ਕਰਦੇ ਹਨ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਠੀਕ ਠਾਕ ਹੋ? ਹਾਂਜੀ ਬਿਲਕੁਲ, ਤੰਦਰੁਸਤ ਹੋ? ਚੜ੍ਹਦੀ ਕਲਾ। ਲੰਮਾ ਸਮਾਂ ਜੇਲ੍ਹ ਦੇ ਵਿੱਚ ਲਾ ਕੇ ਆਏ ਹੋ, ਅੱਜ ਖੁੱਲ੍ਹੇ ਸਮਾਨ ਦੇ ਵਿੱਚ ਬੈਠ ਕੇ ਤਕਰੀਬਨ 4-5 ਦਿਨ ਹੋ ਗਏ ਹੋਣਗੇ, ਇਹਨੂੰ ਕਿਸ ਤਰ੍ਹਾਂ ਕਿੱਦਾਂ ਮਹਿਸੂਸ ਹੋ ਰਿਹਾ? ਦੇਖੋ, ਜੇਲ੍ਹ ਤਾਂ ਜੇਲ੍ਹ ਹੁੰਦੀ ਹੈ, ਜੇ ਉਸਨੂੰ ਕੰਪੇਅਰ ਕਰੀਏ ਤਾਂ ਬੜਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ, ਪਰ ਰੀਜ਼ਨ ਵੀ ਹੁੰਦੇ ਆ ਕਿ ਤੁਸੀਂ ਜੇਲ੍ਹ ਕਿਉਂ ਗਏ ਹੋ, ਉਹਦੇ ਨਾਲ ਤੁਹਾਡਾ ਫਿਰ ਜਿਹੜਾ ਸਟੇਟ ਆਫ ਮਾਇੰਡ ਉਸ ਤਰੀਕੇ ਨਾਲ ਹੋ ਜਾਂਦਾ, ਫਿਰ ਜੇਲ੍ਹਾਂ ਕੱਟਣੀਆਂ ਸੌਖੀਆਂ ਹੋ ਜਾਂਦੀਆਂ। ਔਖਾ ਟਾਈਮ ਸੌਖਾ ਹੋ ਜਾਂਦਾ ਜਦੋਂ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਕਿਸੇ ਅੱਛੇ ਕਾਜ਼ ਵਾਸਤੇ ਤੁਹਾਡਾ ਮਤਲਬ ਇਹ ਦਾਣਾ ਪਾਣੀ ਜਿਹੜਾ ਬਣਿਆ, ਉਹ ਇਹ ਰੀਜ਼ਨ ਸੀਗੇ ਕੁਛ ਡਰੱਗ ਰਿਪੋਰਟਾਂ ਦਾ ਖੁੱਲ੍ਹ ਜਾਣਾ, ਖਾਸ ਤੌਰ 'ਤੇ ਉਹਨਾਂ ਹੀ ਕੋਰਟਾਂ ਵੱਲੋਂ ਉਹਨਾਂ ਨੂੰ ਖੋਲ੍ਹ ਦਿੱਤਾ ਜਾਣਾ, ਕੁਛ ਇੱਕ ਮਹੀਨੇ ਬਾਅਦ ਹੀ, ਡੇਢ ਮਹੀਨੇ ਬਾਅਦ ਹੀ ਕੁਛ ਪੋਜ਼ਿਟਿਵ ਸਾਈਨ ਸੀ ਜਿਹੜੇ, ਜਿਹਦੇ ਨਾਲ ਮਤਲਬ ਸੌਖਾ ਟਾਈਮ ਨਿਕਲਿਆ, ਔਖੇ ਟਾਈਮ ਨੂੰ ਸੌਖੇ 'ਚ ਤਬਦੀਲ ਕਰਨ ਦੇ ਵਿੱਚ ਸਹਾਈ ਹੋਇਆ ਚੀਜ਼, ਵੀ ਜਿਹੜੇ ਕੰਮ ਵਾਸਤੇ ਤੁਸੀਂ ਇੱਕ ਐਡਾ ਵੱਡਾ ਸੰਘਰਸ਼ ਵੱਢਿਆ ਸੀ, ਅਲੰਬਾ ਲੈ ਲਿਆ ਸੀ ਲੋਕਾਂ ਦਾ, ਦੁਨੀਆਂ ਤੋਂ ਇਹ ਹੋਣ ਲੱਗ ਗਿਆ ਸੀ ਕਿ ਸਿੱਖੋਂ ਬਹੁਤ ਮਤਲਬ ਗਲਤ ਭਾਸ਼ਾ ਇਸਤੇਮਾਲ ਕਰਦਾ ਹੈ, ਜਾਂ ਕਿ ਪਰਪਜ਼ ਤਿੱਖਾ ਬੋਲਣ ਦਾ, ਜਾਂ ਜੋ ਵੀ ਬੋਲਿਆ ਗਿਆ ਬੋਲਣ ਦਾ, ਇਹੀ ਸੀ ਕਿ ਜਿਹੜਾ ਐਡਾ ਵੱਡਾ ਪੰਜਾਬ ਦਾ ਇੱਕ ਤਰੀਕੇ ਨਾਲ ਡਰੱਗ ਦੇ ਨਸ਼ੇ ਨੇ ਕਤਲੇਆਮ ਕੀਤਾ, ਬਿਲਕੁਲ ਉਹਦੇ ਵਿੱਚ ਜਿਹੜੀਆਂ ਹੈਗੀਆਂ ਲੋਕਾਂ ਦੇ ਸਾਹਮਣੇ ਸੱਚਾਈ ਆਵੇ, ਤਾਂ ਉਹਦੇ ਕਰਕੇ ਕੁਛ ਚੀਜ਼ਾਂ ਇੰਨਾ ਅੱਗੇ ਤੱਕ ਜਾਣਾ ਪਿਆ ਸੀਗਾ, ਤਾਂ ਜਿਹਦੀ ਨਾ ਤਾਂ ਉਦੋਂ ਬਾਅਦ ਕਦੇ ਲੋੜ ਹੈ, ਨਾ ਹੀ ਪਰਮਾਤਮਾ ਅਗਾਂਹ ਤੋਂ ਕਦੇ ਇਸ ਤਰ੍ਹਾਂ ਦਾ ਸਿਸਟਮ ਫਿਰ ਕਦੇ ਪਾਵੇ ਕਿ ਸਾਨੂੰ ਇਹੋ ਜਿਹੀ ਆਵਾਜ਼ ਵਿੱਚ ਬੋਲ ਕੇ ਕਿਸੇ ਨੂੰ ਮਤਲਬ ਇੱਕ ਇਸ ਐਕਸਟੈਂਡ ਤੱਕ ਦਿਖਾਉਣਾ ਪਵੇ। ਪਰ ਬਹੁਤ ਅੱਛਾ ਰਿਜ਼ਲਟ ਆਇਆ, ਰਿਪੋਰਟਾਂ ਖੁੱਲੀਆਂ, ਅਤੇ ਹੁਣ ਜਿਹੜੀ ਹੈਗੀ ਆ ਤਫਤੀਸ਼ ਜਿਹੜੀ ਹੈਗੀ ਆ ਇਸ ਟਾਈਮ ਸਰਕਾਰ ਦੇ ਗਲੇ ਦੇ ਵਿੱਚ ਫਸੀ ਹੋਈ ਹੈ, ਤੇ ਆਉਣ ਵਾਲੇ ਸਮੇਂ 'ਚ ਕੀ ਇਹਨਾਂ ਦੇ ਰਵੱਈਆ ਰਹੂਗਾ ਉਹ ਦੇਖਾਂਗੇ, ਕਿਉਂਕਿ ਹੁਣ ਤੱਕ ਤਾਂ ਪਿਛਲੇ 5 ਮਹੀਨਿਆਂ ਤੋਂ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਤੇ ਕਿਸੇ ਨੇ ਟਿੱਪਣੀ ਨਹੀਂ ਕੀਤੀ, ਠੀਕ ਹੈ, ਵੀ ਉਹਦੇ ਬਾਅਦ ਕੀ ਕਰਨਾ ਸੀ। ਮੈਂ ਇਸ ਕੱਲੀ ਕੱਲੀ ਗੱਲ 'ਤੇ ਆਉਣਾ, ਜੀ ਜੀ ਜੀ, 15 ਕੁ ਮਿੰਟ ਸੰਖੇਪ ਆਪਾਂ ਇੰਟਰਵਿਊ ਦੇ ਵਿੱਚ ਕੱਲੀ ਕੱਲੀ ਗੱਲ ਕਰਾਂਗੇ। ਸਿੱਖੂ ਸਾਹਿਬ, ਲੰਮਾ ਸਮਾਂ ਤੁਸੀਂ ਜੇਲ੍ਹ ਦੇ ਵਿੱਚ ਵੀ ਤਕਰੀਬਨ 6 ਮਹੀਨੇ ਦਾ ਲਾ ਕੇ ਆਏ, ਮਨ ਦੇ ਵਿੱਚ ਕਦੇ ਮਲਾਲ ਨਾ ਆਇਆ ਵੀ ਜਿਹਨਾਂ ਲੋਕਾਂ ਦੇ ਲਈ ਖੜੇ ਹੋਈਏ ਜਾਂ ਜਿਹਨਾਂ ਲੋਕਾਂ ਦੀ ਆਪਣੀ ਆਵਾਜ਼ ਚੱਕੀ ਹੋਵੇ ਤੇ ਉਹ ਲੋਕ ਮੇਰੇ ਪਿੱਛੇ ਉਹ ਮੇਰੀ ਉਹ ਦੌੜ ਦੇ ਵਿੱਚ ਰਹਿਣ ਜਾਂ ਮੇਰੇ ਪਿੱਛੇ ਜਾਂ ਮੈਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪੈ ਜਾਂਦਾ ਤਾਂ ਮੇਰੀ ਉਹ ਲੜਾਈ ਲੜਦੇ? ਇਸ ਤਰ੍ਹਾਂ ਇੱਕ ਤਾਂ ਜਦੋਂ ਇਸ ਤਰ੍ਹਾਂ ਦੀਆਂ ਆਪਾਂ ਇਮੈਜੀਨੇਸ਼ਨ ਲੈ ਕੇ ਚੱਲਦੇ ਹਾਂ ਨਾ ਕੁਛ, ਉਹ ਫਿਰ ਤੁਹਾਨੂੰ ਤੰਗ ਕਰਦੀਆਂ ਆਪ। ਜੇ ਮੈਂ ਉਮੀਦ ਕਰਾਂ ਕਿ ਪੰਜਾਬ ਦੇ ਲੋਕ ਮੇਰੇ ਨਾਲ ਖੜੇ ਨਹੀਂ ਹੋਏ ਜਾਂ ਹੋ ਜਾਣਾ ਚਾਹੀਦਾ ਸੀ, ਇਹ ਤਾਂ ਸਮੇਂ ਲੱਗਦੇ ਹੁੰਦੇ ਆ, ਕੀ ਪਤਾ ਇਹ ਪਹਿਲੀ ਵਾਰੀ ਇਹ ਹਾਲਾਤ ਬਣੇ ਹੋਏ ਆ, ਇਹਨਾਂ ਹਾਲਾਤਾਂ 'ਚ ਅੱਗੇ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਕੀ ਹੋਣਾ, ਪਬਲਿਕ ਰਿਐਕਸ਼ਨ ਕੀ ਹੋਊਗਾ, ਜਿਸ ਨੂੰ ਆਪਾਂ ਤਕੜੀ 'ਚ ਪਾ ਕੇ ਤੋਲੀਏ ਨਾ, ਫਿਰ ਕੁਛ ਚੀਜ਼ਾਂ ਤੁਸੀਂ ਸੰਘਰਸ਼ਾਂ ਨੂੰ ਫਿਰ ਤੁਸੀਂ ਅੱਗੇ ਅਗਾਂਹ ਲੰਬਾ ਸਮਾਂ ਨਹੀਂ ਲੈ ਕੇ ਜਾ ਸਕਦੇ। ਅੱਛਾ, ਇੱਕ ਮੈਂ ਸਵਾਲ ਮੇਰੇ ਧਿਆਨ ਦੇ ਵਿੱਚ ਆਇਆ, ਜੀ ਐਜ਼ ਏ DSP ਲੰਬਾ ਸਮਾਂ, ਇੰਸਪੈਕਟਰ SHO ਬੜੇ ਥਾਣੇ 'ਚ ਤੁਸੀਂ ਲੱਗੇ ਰਹੇ ਹੋਵੋਗੇ ਨਾ, ਉਦੋਂ ਕਦੇ ਸੋਚਿਆ ਹੁੰਦਾ ਇਨਸਾਨ ਨੇ ਕਿ ਕਿੱਧਰਲੀ ਮੋੜ ਦੇ ਉੱਤੇ ਅਤੇ ਕਿੱਥੇ ਆਪਾਂ ਵਗ ਜਾਣਾ, ਬੜੇ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚ ਛੱਡ ਕੇ ਆਏ ਹੋਵਾਂਗੇ,
ਕਦੇ ਮਨ ਦੇ ਵਿੱਚ ਉਦੋਂ ਤਾਂ ਇਸ ਤਰੀਕੇ ਦੀ ਕਦੇ ਗੱਲਬਾਤ ਕਦੇ ਨਹੀਂ। ਇਹ ਤਾਂ ਗੱਲ ਤੁਹਾਡੀ ਠੀਕ ਹੈ ਕਿ ਜਦੋਂ ਬੰਦਾ ਇੱਕ ਡਿਊਟੀ ਅਫੀਸਰ ਦੀ ਕਰ ਰਿਹਾ ਉਹਦੇ ਧਿਆਨ 'ਚ ਇਹ ਚੀਜ਼ਾਂ ਨਹੀਂ ਹੁੰਦੀਆਂ, ਪਰ ਸਾਡੇ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਇਹ ਨੌਕਰੀ ਹੈ ਇਹ ਬੜੀ ਹੀ ਮਤਲਬ ਘੁੰਮਣ ਘੇਰੀਆਂ ਨਾਲ ਭਰੀ ਹੋਈ ਹੈ। ਤਾਂ ਆਮ ਤੌਰ 'ਤੇ ਕਿਹਾ ਜਾਂਦਾ ਕਿ ਪੁਲਿਸ ਅਫਸਰ ਦਾ ਇੱਕ ਪੈਰ ਜਿਹੜਾ ਹੁੰਦਾ ਜੇਲ੍ਹ ਦੇ ਨਾਲ ਹੀ ਹੁੰਦਾ, ਕਿਉਂਕਿ ਹਵਾਲਾਤ ਸਭ ਤੋਂ ਨੇੜੇ ਪੁਲਿਸ ਅਫਸਰ ਨੂੰ ਹੁੰਦੀ ਹੈ। ਤਾਂ ਉਸ ਲੰਬੀ ਨੌਕਰੀ ਦੇ ਵਿੱਚ ਬੜੇ ਹਾਲਾਤ, ਬੜੀ ਵਾਰੀ ਇਹੋ ਜਿਹੇ ਮੌਕੇ ਮਿਲੇ, ਹਾਲਾਂਕਿ ਕਦੇ ਇਹ ਨਹੀਂ ਕਿ ਮੈਂ ਜੇਲ੍ਹ ਗਿਆ ਜਾਂ ਕੁਛ ਇਹੋ ਜਿਹਾ ਵਾਪਰਿਆ, ਪਰ ਬਹੁਤ ਵਾਰੀ ਇਹੋ ਜਿਹੇ ਮੌਕੇ ਆਏ ਸੀ ਕਿ ਚੀਜ਼ਾਂ ਹੋ ਸਕਦੀਆਂ ਸੀਗੀਆਂ ਪਰ ਉਦੋਂ ਉਹ ਨਹੀਂ ਹੋਈਆਂ। ਕੁਛ ਐਫ ਆਈ ਆਰਸ ਵੀ ਕੁਛ ਨੌਕਰੀ ਦੇ ਦੌਰਾਨ ਮੇਰੇ ਤੇ ਦਰਜ ਹੋਈਆਂ ਸੀ, ਕੁਛ ਵੱਖ ਵੱਖ ਰੀਜ਼ਨਸ ਦੀਆਂ, ਪਰ ਕਦੇ ਵੀ ਉਹਨਾਂ ਦੇ ਵਿੱਚੋਂ ਮਤਲਬ ਨਿਕਲਣ ਵੇਲੇ ਜਾਂ ਉਸ ਸਟਾਰਟਿੰਗ ਵੇਲੇ ਇਹੋ ਜਿਹਾ ਮੌਕਾ ਨਹੀਂ ਮਿਲਿਆ ਕਿ ਮੈਨੂੰ ਜੇਲ੍ਹ ਦਾ ਮੂੰਹ ਵੇਖਣਾ ਪੈਂਦਾ। ਪਰ ਹੁਣ ਜਦੋਂ ਵੇਖਣਾ ਪਿਆ ਉਦੋਂ ਕੋਈ ਐਫ ਆਈ ਆਰ ਵੀ ਨਹੀਂ ਸੀ, ਕੰਟੈਂਪਟ ਆਫ ਕੋਰਟ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੁੰਦੀ, ਤਾਂ ਮੈਂ ਬਿਨਾਂ ਐਫ ਆਈ ਆਰ ਤੋਂ ਜੇਲ੍ਹ ਕੱਟਿਆ ਹਾਂ ਅਤੇ ਐਫ ਆਈ ਆਰਾਂ ਜਿਹੜੀਆਂ ਸੀਗੀਆਂ ਉਹ ਮੇਰੀਆਂ ਸਾਰੀਆਂ ਠੀਕ ਹੋਈਆਂ, ਉਹਦੇ 'ਤੇ ਮਤਲਬ ਟ੍ਰਾਇਲ ਹੋ ਕੇ ਉਹਦੇ 'ਚ ਮੈਂ ਬਰੀ ਹੋਇਆ। ਜੇ ਕੋਈ ਦਿੱਕਤਾਂ ਪਹਿਲਾਂ ਸੀਗੀਆਂ ਸਾਡੇ ਡਿਪਾਰਟਮੈਂਟ ਰਹਿੰਦੇ ਆ, ਸੋ ਇਹ ਸੋਚਦੇ ਨਹੀਂ ਹੁੰਦੇ, ਪਰ ਮੈਂ ਹੁਣ ਮੈਂ ਉਮੀਦ ਕਰਦਾ ਜਾਂ ਮਤਲਬ ਮੈਂ ਸੋਚਣਾ ਚਾਹੀਦਾ ਸੋਚ ਨਹੀਂ ਮੈਂ ਡਿਫਰੈਂਟਲੀ ਗੱਲ ਕਰਦਾ। ਮੈਂ ਸੁਣਿਆ ਜੀ ਜ਼ਰਾ ਕਿ ਇੱਕ ਜੁਡੀਸ਼ੀਅਲ ਸਿਸਟਮ ਅਤੇ ਇੱਕ ਜਿਹੜਾ ਪੁਲਿਸ ਸਿਸਟਮ ਹੈ ਇਹ ਦੋ ਪਾਰਟ ਹੈ ਜਿਹੜੇ ਡਿਲੀਵਰ ਕਰਦੇ ਜਸਟਿਸ ਨੂੰ, ਠੀਕ ਹੈ। ਤਾਂ ਇਹਨਾਂ ਨੇ ਪਕੜ ਕੇ ਜੱਜ ਦੇ ਸਾਹਮਣੇ ਲੈ ਕੇ ਜਾਣਾ ਅਤੇ ਜੱਜ ਨੇ ਡਿਸਾਈਡ ਕਰਨਾ, ਉਦੋਂ ਬਾਅਦ ਤੀਜਾ ਪਾਰਟ ਹੈਗਾ ਜੇਲ੍ਹ ਦਾ। ਇਹ ਦੋ ਜਿਹੜੇ ਡਿਪਾਰਟਮੈਂਟ ਹੈ ਇਹਨਾਂ ਨੂੰ ਜੇਲ੍ਹ ਦੇ ਬਾਰੇ ਬਹੁਤ ਵੱਧ ਨੌਲੇਜ ਹੋਣੀ ਚਾਹੀਦੀ ਹੈ। ਵੱਧ ਨੌਲੇਜ ਤੋਂ ਭਾਵ ਇਹ ਹੈ ਕਿ ਟ੍ਰੇਨਿੰਗ ਦਾ ਪਾਰਟ ਹੋਣਾ ਚਾਹੀਦਾ, ਕੋਈ ਦੋ ਤਿੰਨ ਮਹੀਨਿਆਂ ਦਾ ਇੱਕ ਪਾਰਟ ਜਿਹੜਾ ਹੈਗਾ ਉਹ ਜੱਜਿਸ ਦਾ ਵੀ ਔਰ ਪੁਲਿਸ ਦਾ ਵੀ। ਜੇਲ੍ਹ ਦੀ ਟ੍ਰੇਨਿੰਗ ਐਜ਼ ਏ ਵਿੱਚ ਰਹਿ ਕੇ ਹੋਣੀ ਚਾਹੀਦੀ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਉੱਥੋਂ ਦਾ ਮਾਹੌਲ ਕੀ ਹੈ। ਅੱਜ ਜੋ ਮੈਂ ਜੇਲ੍ਹ ਵੇਖ ਕੇ ਆਇਆ, ਅੱਜ ਮੈਂ ਜੇ ਪੁਲਿਸ ਦੀ ਨੌਕਰੀ ਵਿੱਚ ਐਕਟਿਵ ਹੁੰਦਾ ਤਾਂ ਮੈਂ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਬਹੁਤ ਘੋਖ ਕੇ ਬਹੁਤ ਕੁਛ ਦੇਖਣਾ ਸੀਗਾ ਜਿਹੜਾ ਕਿ ਅਸੀਂ ਨਹੀਂ ਦੇਖਦੇ ਰੂਟੀਨ ਦੇ ਵਿੱਚ, ਕੋਈ ਵੀ ਨਹੀਂ ਦੇਖਦਾ, ਠੀਕ ਹੈ। ਇਸ ਕਰਕੇ ਮੈਂ ਇਹ ਜਿਹੜਾ ਇਹ ਪੁਲਿਸ ਦੀ ਟ੍ਰੇਨਿੰਗ ਦਾ ਪਾਰਟ ਹੋਣਾ ਚਾਹੀਦਾ, ਜੱਜਿਸ ਦਾ ਵੀ ਜਿਨ੍ਹਾਂ ਨੇ ਗਾਂ ਸਜ਼ਾਵਾਂ ਕਰਨੀਆਂ ਹੁੰਦੀਆਂ ਕਿ ਉੱਥੋਂ ਦਾ ਮਾਹੌਲ ਕੀ ਹੈ, ਉੱਥੇ ਆਦਮੀ ਨੂੰ ਕਿਵੇਂ ਰੱਖਿਆ ਜਾਂਦਾ, ਕਿਵੇਂ ਉਹਦੀ ਆਜ਼ਾਦੀ ਜਦੋਂ ਹੁੰਦੀ ਹੈ ਤਾਂ ਉਹਦੇ 'ਤੇ ਕਿਸ ਤਰੀਕੇ ਦੀਆਂ ਜਿਹੜੀਆਂ ਤਕਲੀਫਾਂ ਉਹ ਆਉਂਦੀਆਂ। ਨੈਚੁਰਲੀ ਕ੍ਰਾਈਮ ਦੇ ਅਗੇਂਸਟ ਹੀ ਬੰਦੇ ਨੂੰ ਭੇਜਦੇ ਆ, ਬੇਗੁਨਾਹ ਵੀ ਜਾਂਦੇ, ਸਾਰੇ ਕ੍ਰਾਈਮ ਦੇ ਅਗੇਂਸਟ ਤਾਂ ਜਾਂਦੇ ਨਹੀਂ ਹੈਗੇ, ਪਰ ਜੇ ਇਨਸਾਫ ਪ੍ਰੋਵਾਈਡ ਕਰਨ ਵਾਲੀ ਏਜੰਸੀਆਂ ਨੂੰ ਇਹ ਪਤਾ ਹੈ ਕਿ ਉੱਥੋਂ ਦਾ ਮਾਹੌਲ ਕੀ ਹੈ ਤਾਂ ਉਹ ਪਹਿਲਾਂ ਬੜੀ ਚੰਗੀ ਤਰ੍ਹਾਂ ਛਾਣ ਪੀਣ ਇਹਦੀ ਕਰਕੇ ਪੁਣ ਪਛਾਣ ਕੇ ਫਿਰ ਉਸ ਨੂੰ ਉਸ ਦੇ ਅੱਗੇ ਸਟੈਪ ਲੈਣਗੇ ਜੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਊਗਾ। ਜਿਵੇਂ ਮੈਂ ਆਪਣੀ ਗੱਲ ਹੀ ਕਰਦਾ ਵੀ ਜੇ ਅੱਜ ਤੋਂ ਬਾਅਦ ਮੈਂ ਨੌਕਰੀ ਕਰਨੀ ਹੁੰਦੀ ਤਾਂ ਮੇਰਾ ਰਵੱਈਆ ਜੇਲ੍ਹ ਵਿੱਚ ਭੇਜਣ ਵਾਸਤੇ ਹੋਰ ਹੋਣਾ ਸੀ। ਸਿੱਖ ਸਾਹਿਬ ਜੇਲ੍ਹ ਦੇ ਵਿੱਚ ਰਹੇ ਹਾਲਾਤਾਂ ਦੀ ਮੈਂ ਗੱਲ ਕਰਦਾ ਕਿਉਂਕਿ ਇੱਕ ਬੜੀ ਐਗਜ਼ਾਮਪਲ ਸੈੱਟ ਹੋਣੀ ਆ, ਤੁਸੀਂ ਕੁਛ ਮਰਜ਼ੀ ਇਸ ਗੱਲ ਨੂੰ ਲੈ ਕੇ ਜਾਓ, ਕੁਛ ਸੋਚੋ। ਜੇਲ੍ਹ ਦੇ ਵਿੱਚ ਰਹਿ ਕੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਤੇ ਸਿਖਾਉਣ ਨੂੰ ਬਹੁਤ ਕੁਝ ਮਿਲਦਾ, ਉਸ ਕੁਝ ਸੰਬੰਧ ਦੇ ਵਿੱਚ ਕੁਝ ਦੱਸ ਗੱਲ। ਉਹ ਤਾਂ ਆਪਣੇ ਤੇ ਹੈ ਬ੍ਰਦਰ, ਇਹ ਇੰਡੀਵਿਜੁਅਲ ਹੈ, ਤੁਸੀਂ ਕੀ ਹੈਗੇ, ਤੁਸੀਂ ਇੱਕ ਆਦਮੀ ਜਾ ਕੇ ਉੱਥੇ ਕ੍ਰਿਮੀਨਲ ਦੇ ਸਰਕਲ 'ਚ ਹੋਰ ਡੂੰਘਾ ਚਲਾ ਜਾਂਦਾ ਤੇ ਹੋਰ ਜ਼ਿਆਦਾ ਕ੍ਰਾਈਮ ਸਿੱਖ ਕੇ ਆਉਂਦਾ, ਉੱਥੋਂ ਦਾ ਤੁਹਾਡਾ ਆਪਣਾ ਮਾਹੌਲ ਤਾਂ ਇੱਕ ਹੈਗਾ ਹੈਗਾ, ਤੁਹਾਡਾ ਆਪਣਾ ਸਟੇਟ ਆਫ ਮਾਇੰਡ ਕੀ ਹੈਗਾ, ਤੁਸੀਂ ਕਿਸ ਬੁੱਧੀ ਦੇ ਮਾਲਕ ਹੋ। ਹੁਣ ਮੇਰੇ ਵਾਸਤੇ ਵੀ ਉੱਥੇ ਜਿਹੜਾ ਵਿਚਰਨਾ ਸੀ ਹਰ ਤਰ੍ਹਾਂ ਦੇ ਬੰਦੇ ਨਾਲ ਵਿਚਰੇ ਸੀ, ਤੁਹਾਡੇ ਕੋਲ ਮੈਂ ਆਪਣੇ ਟਾਈਮ ਨੂੰ ਡਿਵੋਟ ਕਿਵੇਂ ਕੀਤਾ, ਮੈਂ ਕੋਸ਼ਿਸ਼ ਕੀਤਾ ਕਿ ਮੈਂ ਆਪਣੀ ਸਿਹਤ ਦਾ ਧਿਆਨ ਕਰ ਲਵਾਂ, ਐਕਸਰਸਾਈਜ਼ ਦਾ ਜੇ ਮੈਨੂੰ ਮੌਕਾ ਮਿਲਿਆ ਉਹ ਕੀਤੀ, ਪੜ੍ਹਨ ਵੱਲ ਧਿਆਨ ਦਿੱਤਾ, ਠੀਕ ਹੈ। ਜਿਹੜਾ ਵੀ ਪਾਰਟ ਆਪਣਾ ਤੁਹਾਡੇ ਕੋਲ ਟਾਈਮ ਬਹੁਤ ਹੁੰਦਾ, ਮੋਬਾਈਲ ਫੋਨ ਤੁਹਾਡੇ ਕੋਲ ਹੈ ਨਹੀਂ ਗਾ, ਹੋਰ ਤੁਹਾਡੇ ਕੋਲ ਸਿਸਟਮ ਵੀ 6-7 ਘੰਟੇ ਜੇ ਆਪਾਂ ਸੋਣਾ ਤੇ ਉਸ ਤੋਂ ਬਾਅਦ ਬਹੁਤ ਲੰਬਾ ਸਮਾਂ ਬਚਦਾ ਤੁਹਾਡਾ ਆਪਣੇ ਵਾਸਤੇ, ਤਾਂ ਆਪਣੇ ਆਪ ਨਾਲ ਰਹਿਣ ਦਾ ਮੌਕਾ ਮਿਲਦਾ, ਆਪਣੇ ਰਿਲੇਸ਼ਨਸ ਨੂੰ ਦੇਖਣ ਦਾ ਮੌਕਾ ਮਿਲਦਾ, ਦੁਨੀਆਂ ਨੂੰ ਦੇਖਣ ਦਾ ਮੌਕਾ ਮਿਲਦਾ, ਔਰ ਸਭ ਤੋਂ ਵੱਧ ਹੈ ਜੇ ਜਿਸ ਤਰ੍ਹਾਂ ਦਾ ਤੁਹਾਡਾ ਇੰਟਰਸਟ ਹੈ ਉਹ ਤਾਂ ਹੀ ਤਾਂ ਕ੍ਰਿਮੀਨਲ ਬੰਦਾ ਵੱਧ ਕ੍ਰਿਮੀਨਲ ਬਣ ਜਾਂਦਾ, ਜਿਸ ਤਰ੍ਹਾਂ ਦੇ ਸੁਭਾਅ ਦੇ ਤੁਸੀਂ ਹੈਗੇ ਉਸ ਸੁਭਾਅ ਦੇ ਤੁਹਾਨੂੰ ਵਕਤ ਦਾ ਬਹੁਤ ਮਿਲਦਾ ਉਹ ਤੇ ਡਿਸਕਸ ਕਰਨ ਦਾ। ਤਾਂ ਮੈਂ ਆਪਣੀ ਦੀ ਗੱਲ ਕਰਾਂ ਤਾਂ ਮੈਂ ਇਹਦਾ ਪੋਜ਼ਿਟਿਵ ਪਾਰਟ ਵੇਖਾਂ, ਬੇਸ਼ੱਕ ਜੇਲ੍ਹ ਬਹੁਤ ਇੱਕ ਸਖਤ ਚੀਜ਼ ਹੈ ਜੀ, ਥੋੜੀ ਤੁਹਾਡੇ ਤੋਂ ਫਰੀਡਮ ਲੈ ਲਈ ਜਾਂਦੀ ਹੈ, ਬੜਾ ਔਖਾ ਕੰਮ ਹੈ, ਕੋਈ ਛੋਟੀ ਗੱਲ ਨਹੀਂ, ਪਰ ਉਹਨੂੰ ਤੁਸੀਂ ਕਿਵੇਂ ਡਾਈਵਰਟ ਕਰਦੇ ਆ ਆਪਣੇ ਸਿਸਟਮ ਦੇ ਵਿੱਚ। ਇੱਕ ਤਾਂ ਮੈਨੂੰ ਇਹ ਹੌਸਲਾ ਮਿਲਿਆ ਜਦੋਂ ਡਰੱਗ ਦੀਆਂ ਰਿਪੋਰਟਾਂ ਖੁੱਲ ਗਈਆਂ ਵੀ ਚਲੋ ਇੱਕ ਕਾਜ਼ ਤਾਂ ਪੂਰਾ ਹੋਇਆ, ਦੂਜੀ ਗੱਲ ਸੀ ਕਿ ਮੈਂ ਆਪਣਾ ਸਟੱਡੀ ਵੱਲ ਧਿਆਨ ਦਿੱਤਾ, ਮੈਂ ਆਪਣੀ ਸਿਹਤ ਵੱਲ ਦਿੱਤਾ। ਇਹ ਮੈਂ ਆਪਣੀ ਗੱਲ ਕਰਦਾ, ਹਰ ਕੋਈ ਇਸ ਤਰ੍ਹਾਂ ਨਹੀਂ ਕਰਦਾ, ਕਿਉਂਕਿ ਇੰਡੀਵਿਜੁਅਲ ਤੇ ਹੈਗਾ, ਉੱਥੇ ਹਰ ਤਰ੍ਹਾਂ ਦਾ ਮਾਹੌਲ ਹੈ, ਜਿਸ ਤਰ੍ਹਾਂ ਦਾ ਬੰਦਾ ਹੁੰਦਾ ਉਹ ਉਸ ਤਰੀਕੇ ਨਾਲ ਜਾ ਕੇ ਫਿੱਟ ਹੋਇਆ। ਜੇਲ੍ਹ 'ਚ ਵੀ ਫਰਕ ਹੁੰਦਾ, ਜੇਲ੍ਹ ਦੇ ਵਿੱਚ ਵੀ ਫਰਕ ਹੈ, ਜੇਲ੍ਹ ਦੇ ਵਿੱਚ ਰਹਿਣ ਵਾਲੇ ਬੰਦਿਆਂ ਕਰਕੇ ਫਰਕ ਹੈ। ਜੇ 2000 ਬੰਦਾ ਜੇਲ੍ਹ ਦੇ ਵਿੱਚ ਹੈਗਾ ਤਾਂ ਹਰ ਇੱਕ ਬੰਦਾ ਇੱਕ ਅਲੱਗ ਅਲੱਗ ਯੂਨਿਟ ਹੈ। ਇੱਕ ਇੰਸਪੈਕਸ਼ਨ ਸੈੱਟ ਕੀਤੀ ਜਾਂਦੀ ਹੈ, ਕਹਿੰਦੇ ਜੇਲ੍ਹਾਂ ਦੇ ਵਿੱਚ ਫੋਨ, ਆਪ ਫੋਨ ਦੀ ਗੱਲ ਕਰੀਏ, ਨਸ਼ੇ ਦੀ ਗੱਲ ਕਰੀਏ, ਆਮ ਮਿਲਦਾ। ਇਹ ਤੁਸੀਂ ਉੱਥੇ ਰਹਿ ਕੇ ਆਏ ਹੋ, ਇਹ ਚੀਜ਼ਾਂ ਪੋਜ਼ਿਟਿਵਿਟੀ ਹੈਗੀ ਨਹੀਂ, ਕਿਉਂਕਿ ਤੁਸੀਂ ਆਪ ਗੱਲ ਕਹੀ ਹੈ ਕਿ ਆਧਾਰਨ ਤੌਰ 'ਤੇ ਜਾਂ ਉਹਨਾਂ ਨੂੰ ਜਿਹੜੇ ਸਾਡੇ ਅਫਸਰ ਨੇ ਜਾਂ ਜੱਜ ਸਾਹਿਬਾਨ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਵੱਲ ਜਾਂ ਉੱਥੇ ਜਾ ਕੇ ਪ੍ਰੈਕਟੀਕਲ ਜਾਂ ਸਿੱਖਣ ਦੀ ਜਾਂ ਉਹਦੇ ਸਿਸਟਮ ਦੇਖਣਾ ਚਾਹੀਦਾ। ਸਰ
ਰਾਜੀਤ ਕਦੋਂ ਫੜਿਆ ਜਾਊਗਾ, ਕਦੇ ਉਹ ਪੁਲਿਸ ਦੇ ਤਾਂ ਤੁਸੀਂ ਪੁਲਿਸ ਬੜੇ ਹੱਥ ਲੰਬੇ ਹੁੰਦੇ ਨੇ, ਉਹ ਕਿਉਂ ਨਹੀਂ ਫੜਿਆ ਜਾ ਰਿਹਾ? ਇਹ ਗੱਲ ਜੀ ਜਵਾਬ ਤਾਂ ਹੁਣ ਸਰਕਾਰ ਦੇ ਐਕਚੁਅਲੀ ਦੇਣੇ ਬਣਦੇ ਵੀ ਉਹ ਜਿਹੜਾ ਕਰ ਰਿਹਾ ਹੋਵੇ। ਮੈਂ ਤਾਂ ਇੱਕ ਵਾਚ ਕਰ ਰਿਹਾ, ਬਾਹਰੋਂ ਦੇਖ ਰਿਹਾ ਕਿਸ ਚੀਜ਼ ਨੂੰ, ਮੈਨੂੰ ਨੌਲੇਜ ਹੈ, ਮੈਂ ਦੱਸ ਸਕਦਾ ਕਿ ਇਸ ਤਰ੍ਹਾਂ ਹੋ ਸਕਦਾ ਸੀ, ਪਰ ਕਰਨਾ ਤਾਂ ਕਰਨ ਵਾਲੇ ਤਾਂ ਹੋ ਰਹੇ ਨਾ। ਸਵਾਲ ਤਾਂ ਇਹ ਸਰਕਾਰ ਨੂੰ ਬਣਦਾ, ਮੀਡੀਆ ਦੇ ਰੋਲ ਤੇ ਕਈ ਵਾਰੀ ਮੈਨੂੰ ਕਿਹਾ ਜਾਂਦਾ ਤੁਸੀਂ ਮੀਡੀਆ ਬਾਰੇ ਤੁਸੀਂ ਜੀ ਠੀਕ ਜਵਾਬ ਉਹ ਨਹੀਂ ਰੱਖਦੇ ਵਿਚਾਰ। ਮੈਂ ਕਹਿੰਦਾ ਵੀ ਆਪਣਾ ਰੋਲ ਨਹੀਂ ਠੀਕ ਅਦਾ ਕੀਤਾ ਜਾ ਰਿਹਾ, ਹੋਰ ਕੋਈ ਦਿੱਕਤ ਨਹੀਂ ਹੈਗੀ। ਇਹ ਸਵਾਲ ਇਹਨਾਂ ਦੇ ਮੰਤਰੀਆਂ ਨੂੰ, ਇਹਨਾਂ ਦੇ ਕੰਸਰਨ ਅਫੀਸਰਸ ਨੂੰ, ਇਹਨਾਂ ਦੇ ਮਤਲਬ ਚੀਫ ਮਿਨਿਸਟਰ ਨੂੰ ਇਹ ਪੁੱਛੇ ਜਾਣੇ ਚਾਹੀਦੇ ਹਰ ਜਗ੍ਹਾ ਤੇ ਵੀ ਤੁਸੀਂ ਕੀ ਕੀਤਾ। ਜੇ ਹੁਣ ਇੱਕ ਇੱਕ ਬੰਦੇ ਤੋਂ ਲੈ ਕੇ ਪਹਿਲਾਂ ਤੁਸੀਂ 5 ਸਾਲ ਇੰਦਰਜੀਤ ਇੰਦਰਜੀਤ ਸੁਣਦੇ ਰਹੇ, ਹੁਣ ਰਾਜੀਤ ਰਾਜੀਤ ਸੁਣ ਰਹੇ ਹੈ, ਕੀ ਇੰਨੀ ਗੱਲ ਥੋੜਾ ਹੈਗੀ ਹੈ? ਇਹਦੇ ਵਿੱਚ ਬਹੁਤ ਕੁਛ ਹੋ ਰਿਹਾ, ਰਿਪੋਰਟਾਂ ਜਿਹੜੀਆਂ ਹੈਗੀਆਂ ਕਹਿੰਦੇ ਜਨਤਕ ਕਰ ਦਿੱਤੇ ਆ। ਤੁਸੀਂ ਮੈਨੂੰ ਕੋਈ ਪ੍ਰੈਸ ਦਾ ਬੰਦਾ ਮੇਲ ਆ ਕੇ ਦੱਸ ਦੇ ਵੀ ਅਸੀਂ ਪੜ੍ਹੀਆਂ, ਉਹ ਅਵੇਲੇਬਲ ਤਾਂ ਕਿਤੇ ਹੈ ਹੀ ਨਹੀਂ। ਜੇ ਹੈਗੀਆਂ ਜਿਨ੍ਹਾਂ ਨੇ ਪੜ੍ਹੀਆਂ ਉਹ ਬੋਲਦੇ ਨਹੀਂ ਹੈਗੇ, ਉਹਦੇ 'ਚ ਬੋਲਣ ਵਾਸਤੇ ਬਹੁਤ ਕੁਛ ਹੈ। ਮੈਂ ਤਾਂ ਵੱਖਰਾ ਇਸ ਕਰਕੇ ਕਿ ਮੈਂ ਉਹਨਾਂ ਬਾਰੇ ਬੋਲੂੰਗਾ ਵੀ, ਮੈਂ ਉਹਨਾਂ ਦੀ ਸਟੱਡੀ ਜਿਹੜੀ ਜਿੰਨੀ ਪਹਿਲਾਂ ਕੀਤੀ ਸੀ ਤਾਂ ਵੀ ਬੋਲਿਆ ਸੀ, ਉਦੋਂ ਅਵੇਲੇਬਲ ਉਨੀਆਂ ਸੀ, ਹੁਣ ਤਾਂ ਓਪਨ ਹੈਗੀਆਂ। ਹੁਣ ਮੈਂ ਜਦ ਦੁਬਾਰਾ ਦੇਖ ਕੇ ਉਹ 'ਚ ਦੱਸੂੰਗਾ ਵੀ ਕਿਹੜੇ ਕੰਮ ਰਾਜ ਜੀ ਤੋਂ ਇਲਾਵਾ ਹੋਰ ਕਿਤੇ ਜਾ ਸਕਦੇ, ਉਹ ਕਿਉਂ ਨਹੀਂ ਕੀਤੇ ਜਾ ਰਹੇ। ਕੁਛ ਹੋਰ ਬੰਦੇ ਵੀ ਇਹਦੇ 'ਚ ਨਾਮ ਸੀਗੇ, ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਕੀਤੀ ਜਾ ਰਹੀ ਹੈ? ਕੁਛ ਬੰਦੇ ਨੂੰ ਕੈਨੇਡਾ ਤੋਂ ਲੈ ਕੇ ਆਉਣਾ ਸੀਗਾ, ਹੋਰ ਬਹੁਤ ਵੱਡਾ ਇਹਦੇ 'ਚ ਇਹ ਹੈ ਜੇ ਇਹਦਾ ਪ੍ਰੈਸ਼ਰ ਨਹੀਂ ਦਿੱਤਾ ਜਾ ਰਿਹਾ ਕਿ ਮਤਲਬ ਇਹਦੇ 'ਚ ਕੋਈ ਏਡੀ ਵੱਡੀ ਖਾਸ ਗੱਲ ਹੈ ਨਹੀਂ ਸੀ। ਨਹੀਂ, ਇਹਦੇ 'ਚ ਬਹੁਤ ਖਾਸ ਗੱਲ ਹੈ, ਜਿਹੜਾ ਕੁਛ ਸਾਹਮਣੇ ਦਿਖਾਈ ਦਿੰਦਾ ਤਾਂ ਮੈਂ ਪਹਿਲਾਂ ਹੀ ਬੋਲ ਗਿਆ ਸੀ ਵੀ ਇੱਕ ਨੈਕਸਸ ਜਿਹੜਾ ਮੰਨ ਲਓ ਇਕੱਲੇ ਰਾਜੀ ਤੋਂ ਹੀ ਤੁਰੀਏ ਤਾਂ ਉਹਦੇ 'ਚ ਇੱਕ ਅਫੀਸਰ ਦੀ ਚੇਨ ਆ ਗਈ ਨਾ ਅੱਗੇ, ਅਫਸਰਾਂ ਤੋਂ ਗੱਲ ਅਫਸਰਾਂ ਤੱਕ ਥੋੜਾ ਹੈਗੀ, ਗੱਲ ਤਾਂ ਫਿਰ ਅੱਗੇ ਵੀ ਤੁਰੂਗੀ ਨਾ, ਉਸ ਪਾਸੇ ਤੋਰ ਲਓ। ਉਹ ਬਾਰਾ ਨਹੀਂ ਖਾਂਦੀ ਸਿਸਟਮ ਨੂੰ, ਇਸ ਸਰਕਾਰ ਜਿਹੜੀ ਜਿਹੜੀ ਵੀ ਹੁੰਦੀ, ਪਹਿਲਾਂ ਅਕਾਲੀਆਂ ਦੀ ਸੀ, ਫਿਰ ਕਾਂਗਰਸ ਦੀ ਆਈ, ਹੁਣ ਇਹ ਹੈ। ਇੱਥੋਂ ਸਿੱਧ ਹੁੰਦਾ ਕਿ ਇਹ ਸਰਕਾਰ ਵੀ ਜੇ ਮਜਬੂਰ ਹੈ ਕੁਛ ਕਾਰਵਾਈ ਕਰਨ ਵਾਸਤੇ ਤਾਂ ਇਹ ਸਰਕਾਰਾਂ ਦੇ ਵੱਸ ਦੇ ਰੋਗ ਨਹੀਂ, ਕਿਉਂਕਿ ਸਰਕਾਰਾਂ ਇਹਨਾਂ ਸਿਸਟਮਾਂ ਦੇ ਉੱਤੇ ਖੜੀਆਂ। ਠੀਕ ਹੈ, ਡਰੱਗ ਦਾ ਧੰਦਾ ਜਿਹੜਾ ਹੈਗਾ ਇੱਕ ਬਹੁਤ ਵੱਡਾ ਕਮਾਈ ਦਾ ਧੰਦਾ, ਕਰਪਸ਼ਨ ਜਿੰਨਾ ਚਿਰ ਖਤਮ ਨਹੀਂ ਹੁੰਦੀ, ਗੱਲਾਂ ਨਾਲ ਕਰਪਸ਼ਨ ਖਤਮ ਨਹੀਂ ਹੋਣੀ। ਕਰਪਸ਼ਨ ਦੀ ਗੱਲਬਾਤ ਤਾਂ ਜਦੋਂ ਕੈਪਟਨ ਆਇਆ ਸੀ ਉਹ ਵੀ ਕਹਿੰਦਾ ਸੀ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਖਤਮ ਕਰਨਾ ਸੀ, ਅਕਾਲੀਆਂ ਦੀ ਸਰਕਾਰ ਵੀ ਇਹ ਕਹਿੰਦੀ ਹੈ, ਇਹ ਵੀ ਕਰਪਸ਼ਨ ਦੇ ਮੁੱਦੇ ਤੇ ਆਈ ਹੈ, ਤੇ ਕਰਪਸ਼ਨ ਕਿੱਥੇ ਪਹੁੰਚੀ ਹੋਈ ਹੈ? ਜੇ ਕਰਪਸ਼ਨ ਨੂੰ ਖਤਮ ਕਰਨ ਵਾਲੇ ਪਾਸੇ ਤੁਰਨਗੇ ਤਾਂ ਚਿੱਟਾ ਖਤਮ ਹੋਊਗਾ ਨਾ। ਚਿੱਟਾ ਸਭ ਤੋਂ ਵੱਡਾ ਕਮਾਈ ਦਾ ਸਾਧਨ ਹੈ। ਮੈਂ ਉਸ ਗੱਲ ਤੇ ਹੁਣਾ, ਸਰਕਾਰ ਬਣਨ ਤੋਂ ਪਹਿਲਾਂ ਜਦੋਂ ਨਵੀਂ ਸਰਕਾਰ ਬਣੀ, ਤੁਸੀਂ ਪਿਛਲੀਆਂ ਸਰਕਾਰਾਂ ਵੇਖੀਆਂ, ਸਰਕਾਰ ਬਣਨ ਤੋਂ ਕਿਆ ਪਹਿਲਾਂ ਕਿਹਾ ਗਿਆ ਸੀ ਕਿ ਜਿਹੜਾ ਅਸੀਂ ਨਸ਼ੇ ਵਾਲਾ ਕੰਮ ਹੈ ਉਹ 3 ਮਹੀਨਿਆਂ ਦੇ ਵਿੱਚ, ਹਾਂ 4 ਮਹੀਨੇ ਮੰਗੇ ਸੀ ਨਾ, ਉਦੋਂ ਪਹਿਲਾਂ 4 ਹਫ਼ਤੇ ਵਾਲਾ ਸੀ, ਫਿਰ ਉਹ ਹਫ਼ਤੇ ਸੀ, ਹੁਣ ਮਹੀਨੇ ਆ ਗਏ। ਹੁਣ ਤੁਹਾਨੂੰ ਬਈ ਲੱਗਦਾ ਕਿ ਪੰਜਾਬ ਦੇ ਹਾਲਾਤ ਦਿਨੋਂ ਦਿਨ ਇੰਨੇ ਮਾੜੇ ਹੋ ਰਹੇ ਨੇ ਕਿ ਚਿੱਟੇ ਦੇ ਨਾਲ ਡੇਲੀ ਦੀਆਂ ਮੌਤਾਂ ਹੋ ਰਹੀਆਂ ਨੇ? ਕਿਸੇ 1-2 ਪਿੰਡਾਂ ਦੇ ਵਿੱਚ ਤਾਂ ਤੁਸੀਂ ਵੇਖਿਆ ਹੋਣਾ ਕਿ 4-4 ਜਿਹੜੀਆਂ ਹੈਗੀਆਂ ਨੇ ਅਰਥੀਆਂ ਪਿੰਡਾਂ ਦੇ ਵਿੱਚ ਉੱਠ ਰਹੀਆਂ ਨੇ। ਇਕੱਲਾ ਇਹਨਾਂ ਦੀ ਤਰੱਕੀ ਹੋਈ ਹੈ ਉਸ ਮਾਮਲੇ 'ਚ, ਅੱਗੇ ਪਿਛਲੇ ਸਰਕਾਰਾਂ ਵੇਲੇ ਸਾਨੂੰ ਲੜਕੀਆਂ ਤਾਂ ਨਹੀਂ ਦਿਸਦੀਆਂ ਸੀ ਨਾ ਸੜਕਾਂ ਦੇ ਉੱਪਰ ਰੁੜਦੀਆਂ ਹੋਈਆਂ, ਸ਼ਰਾਬ ਇਹਦੇ ਲੱਗਦੇ ਨਸ਼ੇ ਵਿੱਚ, ਜਾਂ ਇਹ ਕਹਿੰਦੀਆਂ ਹੋਈਆਂ ਵੀ ਹਮੇ ਮੇਰੇ ਨਾਲ ਕੋਈ ਵੀ ਸਲੂਕ ਕਰ ਲਓ ਤੇ ਮੈਨੂੰ ਨਸ਼ਾ ਦੇ ਦਿਓ। ਔਰਤਾਂ ਤਾਂ ਨਹੀਂ ਸਾਹਮਣੇ ਸੀ, ਹੁਣ ਇਹ ਤਰੱਕੀ ਹੋ ਕੇ ਕੰਮ ਇੱਥੋਂ ਤੱਕ ਵਧਿਆ ਹੋਇਆ। ਅਜੇ ਤੁਸੀਂ, ਮੈਂ ਹੁਣ ਆਪਣੀ ਗੱਲਬਾਤ ਵਿੱਚ ਗੱਲ ਕਰਨੀ ਸ਼ੁਰੂ ਕੀਤੀ ਹੋਈ ਹੈ, ਤਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਆ ਅਮੀਰ ਲੋਕ ਨੇ, ਜਿਹੜੀ ਅਲੀਟ ਕਲਾਸ ਜਿਹਨੂੰ ਆਪਾਂ ਕਹਿੰਦੇ, ਜਿਹਨੂੰ ਆਪਾਂ ਕਹਿੰਦੇ ਵੀ ਇਹ ਤਾਂ ਬਹੁਤ ਸੌਖੇ ਆ, ਉਹਨਾਂ ਦੇ ਬੱਚਿਆਂ ਬਾਰੇ ਪਤਾ ਕਰਕੇ ਤਾਂ ਦੇਖ ਲਓ, ਉਹਨਾਂ ਦਾ ਬੇੜਾ ਕਰਤਾ ਉਦੋਂ ਵੀ ਵੱਧ ਗਰਕ ਹੋ ਗਿਆ ਉੱਥੋਂ, ਕਿਉਂਕਿ ਉਹ ਤੁਹਾਨੂੰ ਨਾ ਤਾਂ ਕੋਈ ਕੰਪਲੇਂਟ ਹੈ ਨਾ ਕੋਈ ਗੱਲ ਕਰਦਾ ਉਸ ਲੈਵਲ ਦੇ ਲੋਕ, ਸਾਨੂੰ ਇੱਕ ਰੁਟੀਨ ਆਮ ਪੰਜਾਬ ਦਿਖਾਈ ਦੇ ਰਿਹਾ, ਖਾਸ ਪੰਜਾਬ ਦਾ ਵੀ ਬੇੜਾ ਗਰਕ ਹੋਇਆ ਹੋਇਆ, ਇਹਨਾਂ ਦੇ ਘਰਾਂ ਦੇ ਵਿੱਚ ਵੀ ਅੱਗ ਪਹੁੰਚ ਚੁੱਕੀ ਹੈ। ਇਸ ਦੇ ਬਾਵਜੂਦ ਵੀ ਜਿਹੜਾ ਇਹ ਹਾਲਾਤ ਇਹ ਬਣੇ ਹੋਏ ਆ, ਉੱਥੋਂ ਮੈਂ ਦੇਖਦਾ ਕਿ ਪੰਜਾਬ ਸਾਡਾ ਪਹੁੰਚ ਕਿੱਥੇ ਗਿਆ। ਇੱਕ ਅੱਗ ਨੇ ਥੋੜਾ ਹਰ ਇੱਕ ਘਰ ਦੇ ਵਿੱਚ ਪਹੁੰਚ ਗਈ, ਅਸੀਂ ਉਹਨੂੰ ਬੁਝਾਉਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕਰ ਰਿਹਾ। ਜਿਹੜਾ ਕੋਈ ਬੁੱਧੀਜੀਵੀ, ਜਿਹੜਾ ਕੋਈ ਪੜ੍ਹਿਆ ਲਿਖਿਆ, ਜਿਹੜਾ ਕੋਈ ਪ੍ਰੋਫੈਸਰ, ਜਿਹੜਾ ਕੋਈ ਹੋਰ ਅਮੀਰ, ਆਪਣੇ ਨਿਗਾਹ ਮਾਰ ਕੇ ਵੇਖ ਲਏ ਵੀ ਉਹ ਉਸਦੇ ਪਰਿਵਾਰ ਦੇ ਸੱਜੇ ਪਾਸੇ ਜਾਂ ਖੱਬੇ ਪਾਸੇ ਇਹ ਅੱਗ ਕਿੱਥੇ ਮੱਚਦੀ ਹੈ, ਤੇ ਫਿਰ ਹੋਰ ਕਦੋਂ ਜਾਗਾਂਗੇ ਅਸੀਂ? ਇਹ ਗੱਲ ਨਹੀਂ ਨਾ ਸਾਹਮਣੇ ਆਉਂਦੀ, ਪਰ ਇਹ ਗੱਲ ਸੱਚ ਹੈ। ਬਿਲਕੁਲ, ਇਹ ਵੀ ਸਹਿਮਤ ਹੋ ਤੁਸੀਂ ਗੱਲ ਨੂੰ ਨਾ ਮੇਰੀ ਨਾ, ਕਿ ਖੁਦ ਵੀ ਆਪ ਨੂੰ ਅਵੇਅਰਨੈਸ ਹੋਣਾ ਪਊਗਾ, ਆਪਣੇ ਆਪ ਨੂੰ ਜਗਾਉਣਾ ਪਊਗਾ, ਫਿਰ ਅਸੀਂ ਸਰਕਾਰਾਂ ਤੱਕ ਆਪਣੀ ਗੱਲ ਨੈਚੁਰਲੀ ਜਾਗਾਂਗੇ ਤਾਂ ਆਪ ਹੀ ਸਰਕਾਰ ਕੋਈ ਕਿਤੋਂ ਕੋਈ ਸਰਕਾਰ ਕੋਈ ਇਹੋ ਜਿਹਾ ਇਸ਼ੂ ਤਾਂ ਨਹੀਂ, ਕੋਈ ਯੰਤਰ ਤਾਂ ਨਹੀਂ ਵੀ ਆ ਸਰਕਾਰ ਪਈ, ਸਰਕਾਰ ਲੋਕਾਂ ਦੇ ਥਰੂ ਹੀ ਬਣਦੀ ਹੈ, ਸੀਐਮ ਵੀ ਤੁਹਾਡਾ ਆਦਮੀ ਹੈ, ਮੰਤਰੀ ਵੀ ਤੁਹਾਡੇ ਇਨਸਾਨ ਨੇ, ਇਹ ਇਹਦੇ ਵਿੱਚੋਂ ਹੀ ਜੇ ਚੰਗਿਆਈ ਨੂੰ ਜਾਂ ਆਪਾਂ ਅਵੇਅਰ ਹੋਵਾਂਗੇ ਵੀ ਸਾਡੇ ਤੋਂ ਬਣ ਕੀ ਰਿਹਾ। ਹੁਣ ਸਰਕਾਰ ਨੂੰ ਅਸੀਂ ਕਿਉਂ ਕਹਿੰਦੇ ਕਿ ਸਰਕਾਰ ਕੋਲ ਪਾਵਰ ਹੈ, ਇਸ ਕਰਕੇ ਸਰਕਾਰ ਦੇ ਮੂੰਹ ਨੂੰ ਚੱਕਦੇ ਆ ਨਾ। ਜੇ ਅਸੀਂ ਜਾਗੇ ਹੋਵਾਂਗੇ, ਸਰਕਾਰ ਨੂੰ ਕੁਐਸਚਨ ਠੀਕ ਕਰ ਲਾਂਗੇ, ਸਰਕਾਰ ਸ਼ਰਮ ਕਰੂਗੀ ਮਾੜੀ ਮੋਟੀ ਵੀ ਮੇਰੇ ਕੋਲ ਤਾਕਤ ਹੈ ਤੇ ਮੈਨੂੰ ਮੇਰੇ ਕੋਲ ਜੋ ਮੰਗਿਆ ਜਾ ਰਿਹਾ ਮੇਰਾ ਫਰਜ਼ ਹੈ ਦੇਣਾ ਉਹ, ਤੇ ਫਿਰ ਮੈਥੋਂ ਪਹਿਲੀ ਗੱਲ ਤਾਂ ਸਰਕਾਰ ਇਹ ਮੌਕਾ ਹੀ ਕਿਉਂ ਦੇਵੇ ਕਿ ਕੋਈ ਮੰਗੇ ਉਹਦੇ ਕੋਲੋਂ ਵੀ ਠੀਕ ਕਰੋ। ਤੁਸੀਂ ਕਹਿ ਕੇ ਆਏ ਹੋ, ਖਾਸ ਤੌਰ ਤੇ ਡਰੱਗ ਵਾਲੇ ਜਿਹੜੇ ਆਪਾਂ ਗੱਲ ਕਰਦੇ ਹਾਂ ਵੀ ਪਹਿਲਾਂ 4 ਹਫ਼ਤਿਆਂ
ਫਿਰ ਹੁਣ ਡੇਢ ਤਾਂ ਹੋ ਗਿਆ ਹੁਣ ਹੁਣ ਅਗਲੇ ਸਾਲ ਦੀ ਗੱਲ ਕਰਦੇ ਆ ਪਰ ਇਹ ਤਾਂ ਫਿਰ ਇਹਨਾਂ ਨੇ ਚੌਥੇ ਸਾਲ ਤੱਕ ਵੀ ਇਹਨਾਂ ਦਾ ਜੇ ਕੰਮ ਚੱਲਦਾ ਰਿਹਾ ਇਹ ਸਰਕਾਰ ਦਾ ਇਹ ਹਰੇਕ ਵਾਰ ਟਾਈਮ ਹੀ ਮੰਗਣਾ ਇਹਨਾਂ ਨੇ ਕਰਨਾ ਤਾਂ ਕੁਛ ਹੈ ਨੀ ਡਿਲੀਵਰ ਤਾਂ ਕੁਛ ਕਰ ਨਹੀਂ ਰਹੇ ਤੁਸੀਂ ਹਮੇਸ਼ਾ ਪੰਜਾਬ ਦੇ ਮੁੱਦੇ ਤੇ ਖੁੱਲ ਕੇ ਬੋਲਦੇ ਹੋ ਜੀ ਸਰਕਾਰ ਬਣਨ ਤੋਂ ਪਹਿਲਾਂ ਬੜੇ ਵਾਅਦੇ ਕੀਤੇ ਜਾਂਦੇ ਸੀ ਤੇ ਹੁਣ ਜਦੋਂ ਕੋਈ ਮੰਤਰੀ ਆ ਮੈਨੂੰ ਸਵਾਲ ਪੁੱਛਦੇ ਆ ਉਹ ਕਹਿੰਦੇ ਜਿਹੜਾ ਅਸੀਂ ਕੰਮ ਕਰਤਾ ਡੂਢ ਸਾਲ ਦੇ ਵਿੱਚ ਉਹ ਪਿਛਲੀਆਂ ਸਰਕਾਰਾਂ 70 ਸਾਲਾਂ 'ਚ ਕੀ ਕਰ ਸਕਦੀਆਂ ਹਾਂ ਨਹੀਂ ਕੀਤਾ ਕੋਈ ਸ਼ੱਕ ਥੋੜਾ ਇਹਨਾਂ ਨੇ ਭ੍ਰਿਸ਼ਟਾਚਾਰ ਕਿੰਨਾ ਵੱਧ ਗਿਆ ਨਸ਼ਾ ਉਦੋਂ ਬਾਅਦ ਕਿੰਨਾ ਵਧਿਆ ਹੋਇਆ ਹੋਇਆ ਠੀਕ ਕਹਿ ਰਹੇ ਉਹ ਗੱਲ ਥੋੜਾ ਕਹਿ ਰਹੇ ਆ ਮਤਲਬ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਗੱਲ ਹੈ ਆਪਦੀ ਪ੍ਰਾਪਤੀ ਕਿਹੜੀ ਦੱਸਣੀ ਚਾਹੁੰਦੇ ਇਹ ਨਹੀਂ ਕਲੀਅਰ ਕਰਦੇ ਤੇ ਅਦਰਵਾਈਜ਼ ਤਾਂ ਜੇ ਤੁਸੀਂ ਉਵੇਂ ਗਣਾ ਹੋਵੇ ਤਾਂ ਦੱਸਿਓ ਆਪਾਂ ਹੁਣੇ ਗੱਲ ਕਰ ਰਹੇ ਹਾਂ ਵੀ ਪਿੱਛੇ ਨੂੰ ਹਾਲਾਤ ਜ਼ਿਆਦਾ ਨਸ਼ੇ ਦੇ ਮਾੜੇ ਮਹਿੰਗਾਈ ਮਾੜੀ ਕਰਪਸ਼ਨ ਵਧੀ ਹੋਈ ਹੈ ਕੋਈ ਕੰਮ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਕਿਤੇ ਨਹੀਂ ਤੇ ਫਿਰ ਇਹ ਤਰੱਕੀ ਫਿਰ ਹੈ ਵਾਕਈ ਉਹ 70 ਸਾਲਾਂ ਵਾਲਾ ਕੰਮ ਕੀਤਾ ਇਹਨਾਂ ਨੇ ਬਹੁਤ ਜਲਦੀ ਠੀਕ ਹੈ ਜੀ ਕੋਈ ਸ਼ੱਕ ਨਹੀਂ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਆਪਣੇ ਆਪ ਨੂੰ ਸਟੈਬਲਿਸ਼ ਕਿੱਥੇ ਕਰਨਾ ਸਾਰੇ ਮੁਲਕ ਦੇ ਵਿੱਚ ਇਹ ਪਾਰਟੀ ਜਿਹੜੀ ਹੈਗੀ ਹੈ ਐਕਸਪੈਂਡ ਹੋ ਰਹੀ ਹੈ ਤੇ ਜਿਹੜਾ ਪੈਸਾ ਕਿੱਥੋਂ ਜਾ ਰਿਹਾ ਇਹਨਾਂ ਦਾ ਸੋਰਸ ਕੀ ਹੈ ਪੰਜਾਬ ਹੀ ਹੈ ਨਾ ਹੋਰ ਕਿੱਥੋਂ ਆ ਦਿੱਲੀ ਤਾਂ ਇਹਨਾਂ ਕੋਲ ਕਬਜ਼ਾ ਹੈ ਉਹ ਸੈਂਟਰ ਸਰਕਾਰ ਦਾ ਉਹਦਾ ਇਹਨਾਂ ਨੂੰ ਖੰਘਣ ਨਹੀਂ ਦਿੰਦੇ ਨਿਗਰਾਨੀ ਵੀ ਹੈਗੀ ਹੈ ਤੇ ਹਰ ਤਰ੍ਹਾਂ ਦਾ ਜਿਹੜੀ ਇਹਨਾਂ ਦੇ ਕੁੰਡਾ ਪਾਇਆ ਹੋਇਆ ਉੱਥੋਂ ਕੁਛ ਨਹੀਂ ਮਿਲਦਾ ਇਹ ਸਟੇਟ ਮਿਲ ਗਈ ਇਹਨਾਂ ਨੂੰ ਇਸ ਸਟੇਟ ਦੇ ਸਿਰ ਤੇ ਇਹਨਾਂ ਨੇ ਹਿਮਾਚਲ ਦੇ ਵਿੱਚ ਗੁਜਰਾਤ ਦੇ ਵਿੱਚ ਜਿਹੜੇ ਇਲੈਕਸ਼ਨ ਲੜੇ ਆ ਤੁਹਾਡਾ ਹੀ ਪੈਸਾ ਗਿਆ ਉੱਥੇ ਜੋ ਪੈਸਾ ਇੱਥੋਂ ਇਕੱਠਾ ਹੁੰਦਾ ਹੈ ਪਹਿਲੀ ਗੱਲ ਤਾਂ ਲੀਗਲੀ ਇਹਨਾਂ ਨੇ 150 ਤੋਂ 700 ਕਰੋੜ ਰੁਪਏ ਦਾ ਉਹ ਕਰ ਲਿਆ ਐਡਵਰਟਾਈਜ਼ਮੈਂਟ ਦਾ ਖਰਚਾ ਹੀ ਦੱਸੋ ਮੈਨੂੰ ਕਿਹੜਾ ਇਹੋ ਜਿਹਾ ਕੰਮ ਹੋ ਗਿਆ ਜਿਹੜਾ 500 ਕਰੋੜ ਰੁਪਏ ਦਾ ਬਜਟ ਬਣਾਉਣਾ ਪਿਆ ਇਹ ਬਜਟ ਕਿਸੇ ਹੋਰ ਪੰਜਾਬ ਦੀ ਭਲਾਈ ਵਾਸਤੇ ਨਹੀਂ ਵਰਤੇ ਜਾ ਸਕਦੇ ਜਿਹੜਾ ਐਜੂਕੇਸ਼ਨ ਦਾ ਸਭ ਤੋਂ ਵੱਡਾ ਰੌਲਾ ਪਾਉਂਦੇ ਆ ਵੱਡੇ ਵੱਡੇ ਡਰਾਮੇ ਕਰਦੇ ਆ ਐਜੂਕੇਸ਼ਨ ਦੇ ਵਿੱਚ ਜੋ ਇਹਦੇ ਦੂਰ ਵਾਲੇ ਰਿਜ਼ਲਟ ਹੈ ਉਹ ਤਾਂ ਬਿਲਕੁਲ ਖਤਰਨਾਕ ਹੈ ਉਹ ਤਾਂ ਬਿਲਕੁਲ ਜਿਹੜੀ ਐਜੂਕੇਸ਼ਨ ਜਿਹੜੀ ਦੇਣੀ ਗਾ ਅਗਲੇ ਚਾਹੁੰਦੇ ਜੋ ਕੁਛ ਬਚਿਆ ਉਹਦੇ 'ਚ ਉਹ ਵੀ ਖਤਮ ਹੋ ਜਾਊਗਾ ਇਹਦੇ 'ਚ ਬੁੱਧੀਜੀਵੀ ਬੋਲਣ ਨਾ ਇਹਦੇ 'ਚ ਐਜੂਕੇਸ਼ਨ ਦਾ ਐਕਸਪਰਟ ਬੰਦਾ ਕਹੇ ਮੈਨੂੰ ਵੀ ਪਤਾ ਪਰ ਮੈਂ ਉਹਨੂੰ ਉਵੇਂ ਥੋੜਾ ਐਕਸਪਲੇਨ ਕਰ ਸਕਦਾ ਮੈਂ ਤਾਂ ਦੱਸ ਸਕਦਾ ਵੀ ਇਹ ਖਤਰਨਾਕ ਹੈ ਪਰ ਕਿਵੇਂ ਹੈ ਡਿਟੇਲ ਤਾਂ ਉਹ ਬੰਦਾ ਦੱਸੇ ਨਾ ਜਿਹਦਾ ਇਹ ਫੀਲਡ ਹੈਗਾ ਹੁਣ ਮੈਂ ਹਰ ਫੀਲਡ ਦਾ ਮਾਸਟਰ ਤਾਂ ਨਹੀਂ ਹੈਗਾ ਪਰ ਮੈਨੂੰ ਪਤਾ ਤਾਂ ਹੈਗਾ ਨਾ ਮੈਂ ਕਿਸੇ ਤੋਂ ਪੁੱਛ ਕੇ ਗੱਲ ਤਾਂ ਕਰ ਸਕਦਾ ਸਾਰੇ ਵਿਸ਼ਿਆਂ ਤੇ ਗੱਲ ਕਰਨੀ ਬੜੀ ਔਖੀ ਹੋ ਜਾਂਦੀ ਹੈ ਤਾਂ ਮੈਂ ਜ਼ਿਆਦਾ ਡਰੱਗ ਦੇ ਨਸ਼ੇ ਨੂੰ ਜਿਹੜਾ ਧੰਦੇ ਨੂੰ ਜ਼ਿਆਦਾ ਹਿੱਟ ਕਰਦੇ ਕਿਉਂਕਿ ਇਹਨੇ ਇਹਦੀ ਅੱਗ ਜਿਹੜੀ ਹਰ ਘਰ ਦੇ ਵਿੱਚ ਇਹਨੂੰ ਬੰਦ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਤਰੀਕਾ ਕਿਉਂ ਨਹੀਂ ਹੈਗਾ ਤਰੀਕਾ ਹੁਣ ਮੈਂ ਤਰੀਕਾ ਨਹੀਂ ਨਾ ਐਕਸਪਲੇਨ ਕਰ ਸਕਦਾ ਸਰਕਾਰ ਦੱਸੇ ਜੇ ਇਹ ਕਹਿੰਦੇ ਸੀ ਬੰਦ ਕਰਾਂਗੇ ਤਰੀਕਾ ਵੀ ਦੱਸੋ ਤੁਸੀਂ ਤੁਸੀਂ ਕਿਵੇਂ ਕਿਤਾਬਾਂ ਪੜ੍ਹੀਆਂ ਜੀ ਮੇਰੀ ਕੰਪਲੀਟ ਜੇਲ੍ਹ ਦੇ ਵਿੱਚ ਤੁਸੀਂ ਕਿਤਾਬਾਂ ਪੜ੍ਹੀਆਂ ਪੰਜਾਬ ਨੂੰ ਕਿਹੜੇ ਤਰੀਕਿਆਂ ਨਾਲ ਤੇ ਕਿਹੜੇ ਨੁਕਤੇ ਨਾਲ ਬਚਾਇਆ ਨਹੀਂ ਇਹ ਨੁਕਤੇ ਫਿਰ ਇਸ ਤਰ੍ਹਾਂ ਸ਼ੇਅਰ ਕਰਨੇ ਜਿਹੜੇ ਹੁੰਦੇ ਆ ਉਹ ਕੋਈ ਬਹੁਤੀ ਸਿਆਣਪ ਨਹੀਂ ਹੋਊਗੀ ਨੁਕਤੇ ਹੈਗੇ ਆ ਇਹਨਾਂ ਕੋਲ ਹੀ ਹੈਗੇ ਇਹਨਾਂ ਕੋਲ ਸਰਕਾਰ ਹੈ ਜੇ ਇਹ ਨੁਕਤੇ ਅੱਜ ਜੇ ਮੈਂ ਗੱਲਾਂ ਕਰਦਾ ਉਹਦੀ ਕੀ ਵੈਲਿਊ ਹੈ ਠੀਕ ਹੈ ਜਦੋਂ ਇਹਨਾਂ ਕੋਲ ਪਾਵਰ ਹੈ ਇਹ ਨਹੀਂ ਕਰ ਸਕਦੇ ਨੁਕਤਿਆਂ ਦੀ ਕੋਈ ਦਿੱਕਤ ਨਹੀਂ ਨਸ਼ਿਆਂ ਦੀ ਤੇ ਰੀੜ ਦੀ ਹੱਡੀ ਇੱਕ ਦਿਨ 'ਚ ਤੋੜੀ ਜਾ ਸਕਦੀ ਹੈ ਹੋਰ ਸਾਰੇ ਜਿਹੜੇ ਹੈਗੇ ਕਰਪਸ਼ਨ ਦਾ ਕੰਮ ਹੈ ਕਰਪਸ਼ਨ ਖਤਮ ਹੋਣੀ ਉਤਰੋਂ ਉੱਪਰੋਂ ਥੱਲਿਆਂ ਨੂੰ ਇਹ ਕਰਦੇ ਥੱਲੇ ਉੱਤੇ ਨੂੰ ਹਰ ਇੱਕ ਨੇ ਥੱਲੇ ਉੱਤੇ ਨੂੰ ਕੀਤੀ ਹੈ ਠੀਕ ਹੈ ਇਵੇਂ ਨਸ਼ਿਆਂ ਦੀ ਜਿਹੜੀ ਲਾਈਨ ਹੈਗੀ ਆ ਉਹ ਬੜੀ ਆਸਾਨੀ ਨਾਲ ਤੋੜਿਆ ਜਾ ਸਕਦਾ ਠੀਕ ਹੈ ਜਾਣਦੇ ਦੱਸਣ ਦੀ ਲੋੜ ਨਹੀਂ ਤੁਹਾਡੇ ਧਿਆਨ 'ਚ ਨਹੀਂ ਹੋਈ ਤਾਂ ਮੈਂ ਤੁਹਾਨੂੰ ਆਫ ਦੀ ਰਿਕਾਰਡ ਦੱਸ ਦੂੰਗਾ ਠੀਕ ਹੈ ਅਦਰਵਾਈਜ਼ ਕੁਛ ਵੀ ਦਿੱਕਤ ਨਹੀਂ ਹੈਗੀ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਬੜੇ ਬੜੇ ਇਹਨਾਂ ਕੋਲ ਦਿਮਾਗ ਬੈਠੇ ਕੁੰਵਰ ਵਿਜੇ ਪ੍ਰਤਾਪ ਵਰਗੇ ਇਹਨਾਂ ਨੇ ਕਾਹਦੇ ਵਾਸਤੇ ਲਿਆਂਦੇ ਸੀ ਜੇ ਨਸ਼ੇ ਨਹੀਂ ਖਤਮ ਕਰਨੇ ਅੱਜ ਉਹਨੂੰ ਮਿਨਿਸਟਰ ਛੱਡ ਕੇ ਕੁਛ ਵੀ ਨਹੀਂ ਮਿਲਾਇਆ ਇਹਨਾਂ ਨੇ ਤੇ ਉਹੋ ਜਿਹੇ ਥਰਡ ਕਲਾਸ ਬੰਦੇ ਇਹਨਾਂ ਨੇ ਪੌਜਾ ਸਿੰਘ ਸਰਾਰੀ ਵਰਗੇ ਕਟਾਰੂ ਚੱਕ ਵਰਗੇ ਹੋਰ ਫਲਾਣੇ ਜਿਹੜੇ ਲੈ ਲਓ ਜਿੰਨੀ ਕੁ ਵੇਖੇ ਹੀ ਆਪਾਂ ਉਹ ਬਣਾਏ ਹੋਏ ਆ ਤੇ ਜੇ ਇੱਕ ਆਈ ਜੀ ਲੈਵਲ ਦਾ ਬੰਦਾ ਆਈਪੀਐਸ ਸੀਗਾ ਉਹਦਾ ਕੀ ਆਚਾਰ ਪਾਉਣਾ ਇਹਨਾਂ ਨੇ ਬਾਈ ਦੀ ਦੇ ਉਹਨੂੰ ਕਿਉਂ ਨਹੀਂ ਮੌਕਾ ਦੇ ਰਹੇ ਕਿਉਂਕਿ ਉਹ ਸ਼ਾਇਦ ਕੁਛ ਕਰਦੇ ਨੇ ਹਾਲਾਂਕਿ ਉਮੀਦ ਮੂੰਹ ਤਾਂ ਉਹਦੀ ਕੋਈ ਵੀ ਕੋਈ ਨਹੀਂ ਡੇਢ ਸਾਲ ਦੇ ਵਿੱਚ ਉਹ ਵੀ ਤਾਂ ਮੂੰਹ ਘੁੱਟ ਕੇ ਬੈਠਾ ਨਾ ਆਪਣਾ ਆ ਰਿਪੋਰਟਾਂ ਦੇ ਵਿੱਚ ਉਹ ਮੈਂਬਰ ਹੈ ਇਹ ਜਿਹੜੀ ਖੁੱਲੀਆਂ ਉਹਨੂੰ ਇੱਕ ਇੱਕ ਚੀਜ਼ ਦਾ ਪਤਾ ਹੈ ਕਰੇ ਸੁਣਿਆ ਉਹਨਾਂ ਦਾ ਬਿਆਨ ਵੀ ਆ ਹੀ ਹੋਣਾ ਚਾਹੀਦਾ ਸੀ ਜਾਂ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਕਿਉਂਕਿ ਪਤਾ ਨਹੀਂ ਕੀ ਜਦੋਂ ਪੋਲੀਟੀਕਲ ਸਿਸਟਮ 'ਚ ਲੋਕ ਆ ਜਾਂਦੇ ਉਹਨੂੰ ਕੀ ਹੋ ਜਾਂਦਾ ਤਾਂ ਕਰੇ ਕਰੇ ਉਹਨੂੰ ਡਰ ਵੀ ਲੱਗਦਾ ਥੋੜੇ ਅਰਗੇ ਸੱਜਣ ਪੁੱਛ ਲੈਂਦੇ ਆ ਵੀ ਪੋਲੀਟਿਕਸ ਤੁਸੀਂ ਆਓਗੇ ਵੀ ਇਹੋ ਜਿਹੀ ਪੋਲੀਟਿਕਸ ਦਾ ਸਾਡਾ ਆਉਣ ਦਾ ਕੋਈ ਕੰਮ ਨਹੀਂ ਹੈਗਾ ਪੋਲੀਟਿਕਸ 'ਚ ਆਉਣਾ ਬਣਦਾ ਕਿਉਂਕਿ ਇਹਨਾਂ ਨਾਲ ਲੜਨਾ ਇਹਨਾਂ ਦੇ ਨਾਲ ਜੇ ਤਾਕਤਵਰ ਨਹੀਂ ਹੋਵਾਂਗੇ ਤਾਂ ਕਿਵੇਂ ਪੂਰੇ ਆਵਾਂਗੇ ਪਰ ਜੇ ਇਹ ਪੋਲੀਟਿਕਸ ਹੈ ਜਿਹੜੀ ਇਹ ਕਰਦੇ ਆ ਜਿੱਥੇ ਮੂੰਹ ਬੰਦ ਹੋ ਜਾਂਦੇ ਥੋੜੇ ਜਦੋਂ ਤੁਸੀਂ ਪੋਲੀਟਿਕਸ ਦੀ ਗੱਲ ਕਰਦੇ ਹੋ ਤਾਂ ਉਹ ਪੋਲੀਟਿਕਸ ਨਾ ਤਾਂ ਸਾਡੇ ਤੋਂ ਹੋਣੀ ਹੈ ਤੇ ਨਾ ਸਾਨੂੰ ਉਹਦੀ ਲੋੜ ਹੈਗੀ ਹੈ ਬਿਲਕੁਲ ਮੇਰਾ ਲਾਸਟ ਸਵਾਲ ਤੁਹਾਨੂੰ ਕਦੇ ਇੰਟਰਵਿਊ ਫਿਰ ਵੀ ਕਦੇ ਕਰਾਂਗੇ ਕਦੇ ਜ਼ਿੰਦਗੀ ਦੇ ਵਿੱਚ ਕਦੇ ਇੰਨੇ ਸਫ਼ਰ ਦੇ ਵਿੱਚ ਮਿਲਾਣ ਆਇਆ ਕਦੇ ਕਿ ਇੱਕ ਫੋਨ ਕਾਲ ਕਿ ਸਾਰੀ ਸਿਸਟਮ ਦੇ ਖਿਲਾਫ ਚਲੀ ਗਈ ਜਾਂ ਜਿਵੇਂ ਉਹ ਰੱਖਦਾ ਉਹ ਇਨਸਾਨ ਜੇਲ੍ਹ 'ਚ ਵੀ ਨਹੀਂ ਗਿਆ ਤੇ ਮੈਨੂੰ ਸਾਰਾ ਕੁਛ ਹੀ ਕਰਨਾ ਨਹੀਂ ਇਹਨੂੰ ਦੋ ਗੱਲਾਂ ਦੋ ਐਂਗਲਾਂ ਤੋਂ ਵੇਖਿਆ ਜਾ ਸਕਦਾ ਠੀਕ ਹੈ ਮਲਾਲ ਵੀ ਕੀਤਾ ਜਾ ਸਕਦਾ ਸੀ ਜੇ ਮਤਲਬ ਜ਼ਿੰਦਗੀ ਦੇ ਸਫ਼ਰ ਮੇਰੇ ਪਹਿਲਾਂ ਇੰਨੇ ਸਿੱਧੇ ਰਹੇ ਹੁੰਦੇ ਮੈਂ ਬਚਪਨ ਤੋਂ ਲੈ ਕੇ ਜ਼ਿੰਦਗੀ ਵਿੱਚ ਬਹੁਤ ਭੀੜਾਂ ਦੇ ਵਿੱਚ ਨਿਕਲਿਆ ਹੋਇਆ ECG ਵਾਂਗੂ ਮੇਰੀ ਲਾਈਫ ਇਸ ਤਰ੍ਹਾਂ ਹੀ ਚੱਲਦੀ ਰਹੀ
ਅੱਜ ਵੀ ਤੁਹਾਡੇ ਵਰਗੇ ਸਾਰੇ ਲੋਕ ਇਸ ਕਰਕੇ ਆ ਕੇ ਬੈਠਦੇ ਨਾ ਵੀ ਗੱਲ ਸੱਚੀ ਮਿਲ ਜੂਗੀ ਸੁਣਨ ਨੂੰ, ਹੋਰ ਤਾਂ ਮੇਰੇ ਕੋਈ ਖਾਸ ਗੱਲ ਨਹੀਂ। ਇਸ ਕਰਕੇ ਮੈਂ ਇਸ ਗੱਲ ਦਾ ਮਲਾਲ ਨਹੀਂ ਕਰਦਾ, ਮੈਂ ਇਸ ਗੱਲ ਦਾ ਧੰਨਵਾਦ ਕਰਦਾ, ਪਰਮਾਤਮਾ ਨੇ ਮੈਨੂੰ ਚੁਣਿਆ ਇਸ ਮਾਮਲੇ 'ਚ ਅਤੇ ਮੈਂ ਹਮੇਸ਼ਾ ਸ਼ੁਕਰਗੁਜ਼ਾਰ ਰਹੂੰਗਾ। ਜਿੰਨੀ ਦੇਰ ਮੇਰੀ ਸਮਰੱਥਾ ਹੈਗੀ ਹੈ ਆਪਣੀ ਉਹਦੇ ਮੁਤਾਬਕ ਜਿਹੜੀ ਅਗਾਂਹ ਜਿਹੜੀ ਸੱਚਾਈ ਆ ਬੋਲਣ ਦੀ ਕੋਸ਼ਿਸ਼ ਕਰਦਾ ਰਹੂੰ, ਹਮੇਸ਼ਾ ਬੁਲੰਦ ਬੋਲਦੇ ਰਹੂੰਗੇ। ਜੋ ਲੋੜ ਹੈ ਬੋਲਣ ਦੀ, ਬੁਲੰਦ ਬੋਲਣ ਦੀ ਵੈਲਿਊ ਨਹੀਂ ਹੁੰਦੀ, ਤੁਸੀਂ ਕੀ ਬੋਲਣਾ ਉਹਦੀ ਕੀਮਤ ਹੈ। ਇੱਥੇ ਇਹ ਕਹਿੰਦਾ, ਕੱਲ੍ਹ ਵੀ ਮੈਨੂੰ ਕੋਈ ਪੁੱਛ ਰਿਹਾ ਵੀ ਤੁਸੀਂ ਬਹੁਤ ਜਿਵੇਂ ਇਹ ਹਨੇਰੀ ਲਈ ਰੱਖੋਗੇ, ਮੈਂ ਕਹਿੰਦੇ ਮੈਂ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਉਸ ਚੀਜ਼ ਦਾ, ਮਤਲਬ ਜਿਹੜਾ ਵੀ ਢੰਗ ਜਿਸ ਦੀ ਲੋੜ ਹੈ ਉਹਦੇ ਹੁੰਦਾ। ਜਿਵੇਂ ਮੈਨੂੰ ਪਿੱਛੇ ਕਿਹਾ ਗਿਆ ਵੀ ਇਹ ਤਿੱਖਾ ਬੋਲਿਆ ਜੀ, ਉਹ ਲੋੜ ਸੀ, ਉਹ ਸਮੇਂ ਦੀ ਜ਼ਰੂਰਤ ਸੀ। ਮੈਂ ਅਦਰਵਾਈਜ਼ ਕੋਈ ਮੇਰਾ ਪਰਪਸ ਨਹੀਂ ਤਿੱਖਾ ਬੋਲਣਾ, ਨਾ ਹੀ ਮੇਰੀ ਆਦਤ ਹੈ। ਮੈਂ 32 ਸਾਲ ਦੀ ਨੌਕਰੀ ਵਿੱਚ ਪੁਲਿਸ ਦੀ ਵਿੱਚ ਮੈਂ ਉਹ ਥੋਟ ਤੋਂ ਨਹੀਂ ਪੁੱਛ ਰਿਹਾ, ਨਾ ਹੀ ਮੈਂ ਉਸ ਦੀ, ਕਿਉਂਕਿ ਉਹ ਬੋਲਣਾ ਤੁਸੀਂ ਗੱਲ ਰੱਖਣੀ, ਉਹ ਤੁਹਾਡਾ ਲਜ਼ਾ ਹੀ ਹੈ, ਇੱਕ ਤੁਹਾਡਾ ਤਰੀਕਾ ਹੈ, ਤੁਸੀਂ ਕਿਸ ਤਰੀਕੇ ਨਾਲ ਗੱਲ ਰੱਖੇ ਹੋ ਉਹ ਅਗਲੇ ਅਗਲੇ ਦੀ ਆਪਦੀ ਆਪਦੀ ਸ਼ਮਤਾ ਹੈ। ਕੋਈ ਨਹੀਂ ਨਹੀਂ ਬਦਲਿਆ ਜਾ ਸਕਦਾ, ਤਰੀਕਾ ਕੋਈ ਪੱਕਾ ਨਹੀਂ ਹੁੰਦਾ, ਤਰੀਕਾ ਲੋੜ ਮੁਤਾਬਕ ਹੁੰਦਾ। ਜੇ ਅੱਜ ਜਿਸ ਤਰੀਕੇ ਦੀ ਲੋੜ ਹੀ ਨਹੀਂ ਮੈਨੂੰ, ਕੋਰਟਾਂ ਨੇ ਰਿਪੋਰਟਾਂ ਖੋਲ ਦਿੱਤੀਆਂ, ਸਾਰਾ ਕੁਛ ਉਹਨਾਂ ਤੋਂ ਉਸ ਤਰਫ ਤੋਂ ਠੀਕ ਆ, ਠੀਕ ਦਿਖਾਈ ਦੇ ਰਿਹਾ ਵੀ ਅੱਜ ਉਹਨਾਂ ਦੇ ਪਾਰਟ ਦੇ ਕੋਈ ਪ੍ਰੋਬਲਮ ਨਹੀਂ, ਤੇ ਹੁਣ ਜੇ ਮੈਂ ਉਹੀ ਗੱਲ ਕਰੀ ਜਾਊਂਗਾ ਉਹਦੀ ਕੀ ਵੈਲਿਊ। ਸਮੇਂ ਦੇ ਮੁਤਾਬਕ ਤੁਹਾਨੂੰ ਬਦਲਣਾ ਵੀ ਪੈਂਦਾ, ਇਹ ਨਹੀਂ ਹੁੰਦਾ ਵੀ ਜੇ ਮੈਂ ਇਹ ਜਾਂ ਤਾਂ ਮੈਂ ਹੀ ਬੋਲੂੰਗਾ, ਨਾ, ਜਦੋਂ ਲੋੜ ਹੋਊਗੀ ਬਦਲਾਂਗੇ ਆਪਦੇ ਆਪ ਨੂੰ, ਜਿੱਥੇ ਨੀਵਾਂ ਹੋਣਾ ਹੋਊਗਾ ਨੀਵਾਂ ਹੋ ਕੇ ਟੱਪਾਂਗੇ, ਜਿੱਥੇ ਸਿਰ ਉੱਚਾ ਚੱਕਣ ਦੀ ਲੋੜ ਹੋਊਗੀ ਉੱਥੇ ਉੱਚਾ ਵੀ ਚੱਕਾਂਗੇ, ਲੋੜ ਮੁਤਾਬਕ ਜਿਹੜਾ ਆਪਣਾ ਜਿਹੜਾ ਪੰਜਾਬ ਦੇ ਭਲੇ ਵਾਸਤੇ ਕੋਈ ਗੱਲ ਬਣ ਜਾਂਦੀ ਹੈ। ਕਿਉਂਕਿ ਇਸ ਪੰਜਾਬ ਨੇ ਮੈਨੂੰ ਤਾਂ ਬਹੁਤ ਕੁਛ ਦਿੱਤਾ, ਮੈਂ ਇੱਕ ਸਧਾਰਨ ਪਰਿਵਾਰ ਚੋਂ ਪੈਦਾ ਹੋ ਕੇ ਇੱਕ ਇਹੀ ਅਫਸਰੀ ਤੱਕ ਨੌਕਰੀ ਕਰਕੇ ਆਪਦੇ ਬੱਚਿਆਂ ਦੀ ਸਾਈਡ ਹਰ ਜਗ੍ਹਾ ਹਰ ਪਾਸੇ ਮੈਂ ਸੈਟਿਸਫਾਈਡ ਹਾਂ, ਠੀਕ ਹੈ। ਇਹਦਾ ਸ਼ੁਕਰਗੁਜ਼ਾਰ ਕੀ ਹੈ, ਆਹ ਸ਼ੁਕਰਗੁਜ਼ਾਰ ਇਸ ਉਹਦੇ ਵਿੱਚ ਮੈਂ ਸ਼ੁਕਰਾਨੇ ਦੇ ਵਿੱਚ ਇਹ ਜਿਹੜਾ ਕੋਸ਼ਿਸ਼ ਕਰ ਰਿਹਾ ਕਿ ਮੈਂ ਵੀ ਕੁਛ ਵਾਪਸ ਦੇ ਸਕਾਂ, ਜਿਹੜੀਆਂ ਸਾਡੇ ਜਾਂ ਜਿਹੜੀ ਜਨਰੇਸ਼ਨ ਹੈ ਜਿਹੜੀ ਸਾਡੇ ਲੋਕਾਂ ਦੀ ਮੇਰੀ ਉਮਰ ਦੇ ਅਤੇ ਉਸ ਤੋਂ ਵੱਧ ਲੋਕਾਂ ਨੇ ਨਹੀਂ ਜੋ ਵਾਪਸ ਕੀਤਾ, ਉਹ ਮੈਂ ਜੇ ਕਰਨ ਸ਼ੁਰੂ ਕੀਤਾ ਤਾਂ ਕੀ ਪਤਾ ਕੁਛ ਲੋਕ ਹੋਰ ਵੀ ਜਾਗ ਪੈਣਗੇ, ਕੁਛ ਹੋਰ ਵੀ ਬੋਲ ਪੈਣਗੇ, ਤਾਂ ਫਿਰ ਉਸ ਦੇ ਨਾਲ ਜਾਗਰਤੀ ਬਣੂਗੀ। ਨਵਾਂ ਜਿਹੜਾ ਯੰਗ ਹੈ, ਯੂਥ ਹੈ, ਇਹਨੂੰ ਇਸ ਤਰ੍ਹਾਂ ਦੀ ਸੁਪਰਵਿਜ਼ਨ ਦੀ ਬਹੁਤ ਸਖ਼ਤ ਜ਼ਰੂਰਤ ਹੈ। ਸੱਚ ਜਿਹੜੇ ਹੈਗੇ ਉਹਨਾਂ ਤੱਕ ਪਤਾ ਹੋਣੇ ਚਾਹੀਦੇ ਹੈ, ਉਹ ਘਰਾਂ 'ਚੋਂ ਹੀ ਆਉਣਗੇ, ਮਾਂ ਪਿਓ ਦੱਸਣਗੇ, ਪ੍ਰੋਫੈਸਰ ਦੱਸਣਗੇ, ਹੋਰ ਜਿਹੜੇ ਲੋਕ ਪੜ੍ਹੇ ਲਿਖੇ ਦੱਸਣਗੇ, ਠੀਕ ਹੈ। ਇਹ ਕੋਸ਼ਿਸ਼ ਹੈ ਮੇਰੀ ਕਿ ਮੈਨੂੰ ਵੇਖ ਕੇ ਘੱਟੋ ਘੱਟ ਕੁਛ ਲੋਕ ਇਹੋ ਜਿਹੇ ਬੋਲਣਾ ਸ਼ੁਰੂ ਕਰ ਦੇਣਗੇ ਤਾਂ ਇਹ ਆਵਾਜ਼ ਜਿਹੜੀ ਹੈਗੀ ਹੈ ਹੋਰ ਆਵਾਜ਼ਾਂ ਬਣ ਜਾਣਗੀਆਂ। ਬਲਵਿੰਦਰ ਸਿੰਘ ਤੱਕ ਕੋਈ ਏਡੀ ਕੋਈ ਗੱਲ ਹੀ ਨਹੀਂ ਸੀ, ਬਹੁਤ ਬੜੇ ਬੜੇ ਲੋਕ ਬੈਠੇ ਜਿਹੜੇ ਬੋਲਣਗੇ ਤਾਂ ਉਹਦੀ ਆਵਾਜ਼ ਪਤਾ ਨਹੀਂ ਕਿੰਨੀ ਸਪੀਡ ਨਾਲ ਜਾਊਗੀ। ਸੋ ਮੈਂ ਇਹ ਉਮੀਦ ਕਰਦਾ ਕਿ ਕੁਛ ਲੋਕ ਜਿਹੜੇ ਹੈਗੇ ਜਿਨ੍ਹਾਂ ਦੀ ਸਮਰੱਥਾ ਜਿਹੜੀ ਜਾਣਕਾਰੀ ਰੱਖਦੇ ਆ ਉਹ ਵੀ ਮਤਲਬ ਮੇਰੇ ਵੱਲ ਵੇਖ ਕੇ ਬੋਲ ਪੈਣ, ਭਾਵੇਂ ਇਹ ਵੀ ਇੱਕ ਉਦਾਹਰਨ ਨਹੀਂ ਹੁੰਦੀ ਕਿ ਅੱਧਾ ਤਾਂ ਸਾਡਾ ਪੁਲਿਸ ਡਿਪਾਰਟਮੈਂਟ ਹੀ ਮੇਰੀ ਗੱਲ ਨੂੰ ਨੱਪ ਲੈਂਦਾ ਵੀ ਇਹ ਖੋਜੀ ਪੁਲਿਸ ਹੀ ਹੈ ਜੀ। ਤਾਂ ਹੁਣ ਇਹ ਜਿਵੇਂ ਪੱਕਾ ਹੋ ਜਾਂਦਾ ਵੀ ਜੇ ਤੁਸੀਂ ਕਿਸੇ ਡਿਪਾਰਟਮੈਂਟ 'ਚ ਹੈਗੇ ਹੋ ਤਾਂ ਉਹ ਤੁਹਾਡੇ ਤੇ ਛਾਪ ਲੱਗ ਗਈ, ਤੁਸੀਂ ਕੋਈ ਚੰਗੀ ਗੱਲ ਕਰ ਹੀ ਨਹੀਂ ਸਕਦੇ। ਹੁਣ ਵੀ ਕਈ ਵਾਰੀ ਕਮੈਂਟ ਵਗੈਰਾ ਜਿਹੜੇ ਆਉਂਦੇ ਆ, ਕੋਈ ਨਾ ਕੋਈ ਸੱਜਣ ਇਹੋ ਜਿਹੀ ਸੜੀ ਹੋਈ ਗੱਲ ਥੱਲੇ ਲਿਖਦੇ ਆ, ਮਨ ਨੂੰ ਬੜੀ ਤਕਲੀਫ ਹੁੰਦੀ ਵੇਖ ਕੇ ਵੀ ਹੋਰ ਹੁਣ ਕੀ ਕਰਕੇ ਵਿਖਾਈਏ, ਇਸ ਤੋਂ ਵੱਧ ਬਲਵਿੰਦਰ ਸਿੰਘ ਹੋਰ ਕੀ ਕਰਦੇ ਨੇ, ਬਿਲਕੁਲ ਜਿਹਦੇ ਨਾਲ ਲੋਕਾਂ ਨੂੰ ਹੋ ਜਾਵੇ ਵੀ ਇਹ ਪੁਲਸੀਆ ਨਹੀਂ ਹੈਗਾ ਜਾਂ ਇਹਦੀ ਗੱਲ ਤੇ ਇਤਬਾਰ ਕੀਤਾ ਜਾ ਸਕਦਾ। ਮੈਂ ਤਾਂ ਇਹ ਵੀ ਨਹੀਂ ਕਰਦਾ ਤੁਸੀਂ ਮੇਰੀ ਗੱਲ ਨੂੰ ਸੁਣ ਲਓ, ਇਤਬਾਰ ਕਰਨਾ ਨਾ ਕਰੋ, ਮੇਰੇ ਕੋਲ ਕਿਹੜਾ ਡਿਲੀਵਰ ਕਰਨ ਨੂੰ ਕੁਛ ਹੈਗਾ, ਮੈਂ ਕਿਹੜਾ ਕੋਈ ਪਾਵਰ ਹਾਊਸ ਹੈ ਜਿਹੜਾ ਮੈਂ ਕੁਛ ਵੰਡ ਰਿਹਾ, ਮੈਂ ਤਾਂ ਆਪਣੀ ਗੱਲ ਹੀ ਕਰ ਰਿਹਾ। ਚੰਗੀ ਲੱਗਦੀ ਕਿਸੇ ਨੂੰ ਸੁਣ ਲਓ, ਜਿਹਨੂੰ ਨਹੀਂ ਚੰਗੀ ਲੱਗਦੀ ਭਾਈ ਮਿਹਰਬਾਨੀ ਹੁੰਦੀ ਸੀ। ਇੰਨੀ ਗੱਲ, ਬਿਲਕੁਲ ਧੰਨਵਾਦ, ਬਹੁਤ ਬਹੁਤ ਸਮਾਂ ਸਾਨੂੰ ਦੇਣ ਲਈ, ਮਿਹਰਬਾਨੀ। ਤੁਸੀਂ ਜੁੜੇ ਰਹੋ ਲੋਕ ਰਾਇ ਟੀਵੀ ਦੇ ਨਾਲ, ਹਰੇਕ ਅਪਡੇਟ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ।